ਦੁਨੀਆਂ ਹੁਸ਼ਿਆਰ ਬੇਦਾਰ ਜਾਗਤ ਮੁਸੀਤ ਹੋ ਰੇ ਭਾਈ ਨਿਗਮ ਹੁਸ਼ਿਆਰ ਪਹਿਰੂਆ ਦਿਖਤ ਜਮਲੇ ਜਾਈ ਦੁਨੀਆਂ ਹੁਸ਼ਿਆਰ ਬੇਦਾਰ ਜਾਗਤ ਮੁਸੀਤ ਹਾਰੇ ਭਾਈ ਨਿਗਮ ਹੁਸ਼ਿਆਰ ਪਹਿਰੂਆ ਦੇਖ ਤੋ ਜਮਲੇ ਜਾਈ ਰਹਾ ਨੀਬ ਪਇਆ ਆਂਬ ਆਂਬ ਪਇਓ ਨੀਂਬਾ ਕੇਲਾ ਪਕਾ ਝਾਰ ਨਾਲੀਏ ਰਫਾੜ ਸੇਮਰ ਪਕਾ ਮੂਰਖ ਮੁਗਦ ਗਵਾਰ ਹਰ ਭਇਓ ਖਾਂਡ ਰੇਤ ਮੈਂ ਬਿਖਰਿਓ ਹਸਤੀ ਚੁਨਿਓ ਨਾ ਜਾਈ ਕਹੇ ਕੰਬੀਰ ਕੋਲ ਜ਼ਾਤ ਪਾਤ ਤਜ ਚੀਟੀ ਹੋਏ ਚੁਨ ਖਾਈ ਹਰ ਭਇਓ ਖਾਂਡ ਰੇਤ ਮਹਿ ਬਿਖਰਿਓ ਹਸਤੀ ਚੁਨਿਓ ਨਾ ਜਾਈ ਕਹੇ ਕਬੀਰ ਕੋਲ ਜ਼ਾਤ ਪਾਤ ਤਜ ਚੀਟੀ ਹੋਏ ਚੋਨ ਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਭਗਤ ਕਬੀਰ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜਿਸ ਦਾ ਪਾਠ ਆਪਾਂ ਬਹੁਤ ਪਿਆਰ ਨਾਲ ਸਰਵਣ ਕੀਤਾ ਹੈ ਇਹ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਰਾਮਕਲੀ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 972 ਦੇ ਉੱਪਰ ਸੁਭਾਈਮਾਨ ਹੈ ਭਗਤ ਕਬੀਰ ਜੀ ਨੇ ਸਾਨੂੰ ਜਗਾਉਣ ਵਾਸਤੇ ਸਾਨੂੰ ਸੁਚੇਤ ਕਰਨ ਵਾਸਤੇ ਬਹੁਤ ਪਿਆਰੀਆਂ ਐਗਜ਼ੈਂਪਲਾਂ ਜਿਹੜੀਆਂ ਨੇ ਉਹ ਇਸ ਸ਼ਬਦ ਵਿੱਚ ਦਿੱਤੀਆਂ ਨੇ ਸਾਧ ਸੰਗਤ ਜੀਓ ਜਦੋਂ ਵੀ ਕੋਈ ਮਨੁੱਖ ਆਪਣਾ ਘਰ ਬਣਾਉਂਦਾ ਹੈ ਆਪਣਾ ਕਾਰੋਬਾਰ ਆਰੰਭ ਕਰਦਾ ਹੈ ਤੇ ਆਪਾਂ ਅਕਸਰ ਵੇਖਦੇ ਹਾਂ ਉੱਥੇ ਆਪਣੀ ਸੇਫਟੀ ਵਾਸਤੇ ਕਈ ਪ੍ਰਬੰਧ ਕਰਦਾ ਹੈ ਜਿਵੇਂ ਕਿ ਆਪਾਂ ਵੇਖਦੇ ਹਾਂ ਜਿਹੜੀਆਂ ਵੱਡੀਆਂ-ਵੱਡੀਆਂ ਮਾਰਕੀਟਾਂ ਹੁੰਦੀਆਂ ਨੇ ਉਹਨਾਂ ਦੇ ਰਾਖੀ ਵਾਸਤੇ ਰਾਤ ਨੂੰ ਪਹਿਰੇਦਾਰ ਬਿਠਾਏ ਜਾਂਦੇ ਨੇ ਆਮ ਤੁਸੀਂ ਵੇਖਿਆ ਹੋਵੇਗਾ ਕਈ ਕਲੋਨੀਆਂ ਇਸ ਤਰੀਕੇ ਨਾਲ ਕੱਟੀਆਂ ਜਾਂਦੀਆਂ ਨੇ ਕਿ ਉੱਥੇ ਨਾ ਕੋਈ ਬੰਦਾ ਪੁੱਛਣ ਤੋਂ ਬਿਨਾ ਅੰਦਰ ਆ ਸਕਦਾ ਹੈ ਨਾ ਕਿਸੇ ਬਾਹਰਲੇ ਬੰਦੇ ਦੀ ਉਸ ਏਰੀਏ ਦੇ ਵਿੱਚ ਬਿਨਾ ਪੁਸ਼ਗਿਸ਼ ਤੋਂ ਦਖਲਅੰਦਾਜ਼ੀ ਹੋ ਸਕਦੀ ਹੈ ਜਾਨੀ ਕਿ ਪੂਰੀ ਸੇਫਟੀ ਹੁੰਦੀ ਹੈ ਈਵਨ ਇਥੋਂ ਤੱਕ ਵੀ ਜਿਸ ਵੀ ਬੰਦੇ ਨੇ ਉਸ ਏਰੀਆ ਚਾਉਣਾ ਹੈ ਤੇ ਕਿਸ ਘਰ ਜਾਣਾ ਹੈ ਉਸ ਘਰ ਦਾ ਉਹਦੇ ਕੋਲ ਪ੍ਰੋਪਰ ਐਡਰੈਸ ਹੋਏਗਾ ਜਾਂ ਘਰ ਵਾਲੇ ਕਾਲ ਕਰਨਗੇ ਜੀ ਤੁਸੀਂ ਇਸ ਨੂੰ ਅੱਗੇ ਲੰਘਣ ਦਿਓ ਇਹ ਸਭ ਚੀਜ਼ਾਂ ਤਾਂ ਕਰਦਾ ਬੰਦਾ ਕਿ ਅਸੀਂ ਸੇਫ ਜਗ੍ਹਾ ਤੇ ਬੈਠੇ ਆ ਅਸੀਂ ਖਰਚਾ ਵੀ ਕਰ ਰਹੇ ਆ ਕਿਉਂਕਿ ਉਹ ਸਾਰਾ ਖਰਚਾ ਜਿਹੜੇ ਉੱਥੇ ਰਹਿ ਰਹੇ ਲੋਕ ਹੁੰਦੇ ਨੇ ਉਹਨਾਂ ਤੇ ਪਾਇਆ ਜਾਂਦਾ ਹੈ ਤੇ ਮਨੁੱਖ ਕੋਸ਼ਿਸ਼ ਕਰਦਾ ਹੈ ਕਿ ਮੈਂ ਵੱਤ ਤੋਂ ਵੱਤ ਜਿੱਥੇ ਆਪਣੇ ਪਰਿਵਾਰ ਸਮੇਤ ਬੈਠਾ ਹਾਂ ਉਥੇ ਸੇਫ ਰਹਿ ਸਕਾਂ ਇੱਕ ਚੀਜ਼ ਆਪਾਂ ਅਕਸਰ ਮਹਿਸੂਸ ਕਰਦੇ ਆ ਕਿ ਜਦੋਂ ਸੰਸਾਰ ਦੇ ਅੰਦਰ ਕਿਤੇ ਮਾਰਕੀਟ ਵਿੱਚ ਜਾਂ ਅਮੀਰ ਲੋਕ ਆਪਣੇ ਘਰਾਂ ਦੇ ਬਾਹਰ ਪਹਿਰੇਦਾਰ ਰੱਖਦੇ ਨੇ ਸੇਫਟੀ ਦਾ ਪ੍ਰਬੰਧ ਕਰਦੇ ਨੇ ਪਹਿਰੇਦਾਰ ਰਾਤ ਨੂੰ ਹੋਕਾ ਵੀ ਦਿੰਦਾ ਹੈ ਤੋ ਵਾਸਤਵ ਚ ਉਹਦਾ ਮਤਲਬ ਇਹ ਹੁੰਦਾ ਹੈ ਕਿ ਜੇ ਮੈਂ ਜਾਗ ਰਿਆਂ ਤੁਸੀਂ ਮੇਰੇ ਹੁੰਦਿਆਂ ਚੈਨ ਨਾਲ ਆਰਾਮ ਨਾਲ ਆਪਣੇ ਘਰਾਂ ਵਿੱਚ ਸੌ ਸਕਦੇ ਹੋ ਤੁਹਾਨੂੰ ਮੇਰੇ ਹੁੰਦਿਆਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਇਹ ਸ਼ਬਦ ਵਿੱਚ ਭਗਤ ਕਬੀਰ ਜੀ ਨੇ ਬਹੁਤ ਪਿਆਰੇ ਤਰੀਕੇ ਨਾਲ ਸਾਨੂੰ ਸਮਝਾਇਆ ਹੈ ਦੁਨੀਆ ਦੁਨੀਆ ਦਾ ਅਰਥ ਹੈ हे ਜਗਤ ਦੇ ਲੋਕੋ ਹੁਸ਼ਿਆਰ ਬੇਦਾਰ ਹੁਸ਼ਿਆਰ ਦਾ ਅਰਥ ਹੈ ਸੁਚੇਤ ਰਹੋ ਕਹਿੰ ਲਗੇ ਬੇਦਾਰ ਦਾ ਅਰਥ ਹੈ ਜਾਗਦੇ ਰਹੋ ਹੁਣ ਕਮਾਲ ਦੀ ਗੱਲ ਤੁਸੀਂ ਵੇਖੋ ਵੀ ਜਦੋਂ ਪਹਿਰੇਦਾਰ ਜਾਗ ਰਿਹਾ ਉਹ ਥੋੜਾ ਕਹਿੰਦਾ ਵੀ ਜੇ ਮੈਂ ਜਾਗਦਾ ਤੁਸੀਂ ਵੀ ਜਾਗਦੇ ਰਹੋ ਉਹ ਕਹਿੰਦਾ ਵੀ ਮੈਨੂੰ ਤੁਸੀਂ ਜੇ ਪੇਮੈਂਟ ਕਰ ਰਹੇ ਹੋ ਮੈਨੂੰ ਤੁਸੀਂ ਸੈਲਰੀ ਦੇ ਰਹੇ ਹੋ ਮੇਰਾ ਫਰਜ਼ ਬਣਦਾ ਹੈ ਕਿ ਮੇਰੇ ਹੁੰਦਿਆਂ ਤੁਸੀਂ ਸੌ ਜਾਓ ਪਰ ਇੱਥੇ ਪਹਿਰੇਦਾਰੀ ਬਿਲਕੁਲ ਉਲਟ ਹੈ ਇੱਥੇ ਪਹਿਰੇਦਾਰ ਕਹਿ ਰਹੇ ਨੇ ਵੀ ਜੇ ਮੈਂ ਜਾਗ ਰਿਆਂ ਤੁਸੀਂ ਵੀ ਜਾਗੋ ਹੁਣ ਇਹ ਸ਼ਬਦਾ ਦੁਨੀਆ ਦੁਨੀਆ ਦਾ ਅਰਥ ਹੈ ਏ ਜਗਤ ਦੇ ਲੋਕੋ ਦੁਨੀਆ ਹੁਸ਼ਿਆਰ ਹੁਸ਼ਿਆਰ ਦਾ ਅਰਥ ਕੀ ਹੈ ਹੁਸ਼ਿਆਰ ਰਹੋ ਸੁਚੇਤ ਰਹੋ ਜਿਵੇਂ ਆਪਾਂ ਕਹਿੰਦੇ ਉਹ ਬੜਾ ਹੁਸ਼ਿਆਰ ਹੈ ਜਿਵੇਂ ਆਮੀ ਆਪਾਂ ਇਹ ਆਪਣੀ ਬੋਲੀ ਦੇ ਸ਼ਬਦ ਬੋਲਦੇ ਆ ਉਹ ਬੱਚਾ ਬੜਾ ਇੰਟੈਲੀਜੈਂਟ ਹੈ ਬੜਾ ਹੁਸ਼ਿਆਰ ਹੈ ਹੁਸ਼ਿਆਰ ਮੀਨ ਬੜਾ ਸੁਚੇਤ ਹੈ ਹੁਣ ਇਹ ਤੇ ਗੁਰੂ ਸਾਹਿਬ ਜੀ ਜਿਹੜੀ ਗੱਲ ਸਾਨੂੰ ਬਾਣੀ ਸਮਝਾਈ ਹੈ ਬਾਰ ਬਾਰ ਜਦੋਂ ਅਸੀਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਉੱਥੇ ਵੀ ਸਾਨੂੰ ਜਾਗਣ ਦੀ ਗੱਲ ਕਹੀ ਹੈ ਕਿ ਜਾਗ ਪਾਈ ਜਾਗੋ ਜਾਗੋ ਸੁਤਿਓ ਚੱਲਿਆ ਵਣਜਾਰਾ ਸਾਨੂੰ ਬਾਣੀ ਵਿੱਚ ਕਈ ਥਾਵਾਂ ਤੇ ਐਗਜ਼ਾਮਪਲਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ ਹੈ ਕਿ ਜਾਗੋ ਸੁਚੇਤ ਹੋ ਜਾਓ ਬਸ ਇੱਕ ਫਰਕ ਹੈ ਦੁਨਿਆਵੀ ਪਹਿਰੇਦਾਰ ਜਦੋਂ ਜਾਗਦਾ ਹੈ ਉਹਦਾ ਮਤਲਬ ਰਾਤ ਨੂੰ ਉੱਚੀ ਉੱਚੀ ਰੌਲਾ ਪਾਉਣਾ ਹੋਕਾ 베ਣਾ ਜਾਗਦੇ ਰਹੋ ਹੁਣ ਉਹਦਾ ਮਤਲਬ ਇਹ ਹੁੰਦਾ ਸੁਚੇਤ ਕਿ ਮੈਂ ਜਾਗ ਰਿਆਂ ਤੁਸੀਂ ਮੈਨੂੰ ਤਨਖਾਹ ਦੇ ਰਹੇ ਹੋ ਹੁਣ ਜੇ ਪਹਿਰੇਦਾਰ ਦੇ ਨਾਲ ਅਸੀਂ ਵੀ ਜਾਗਣਾ ਤੇ ਪਹਿਰੇਦਾਰ ਨੂੰ ਰੱਖਣ ਦਾ ਕੀ ਫਾਇਦਾ ਹੈ ਉਹ ਰਾਤ ਨੂੰ ਤੁਸੀਂ ਵੇਖਿਆ ਕਈ ਵਾਰੀ ਪਹਿਰੇਦਾਰ ਰਾਤ ਨੂੰ ਰੋਡ ਦੇ ਉੱਤੇ ਡਾਂਗ ਵੀ ਖੜਕਾਉਂਦੇ ਨੇ ਆਵਾਜ਼ ਵੀ ਮਾਰਦੇ ਨੇ ਉੱਚੀ ਉੱਚੀ ਤਾਂ ਕਿ ਐਸ ਇਲਾਕੇ ਦੇ ਕਿਤੇ ਪਰਿਵਾਰ ਵਾਲੇ ਨੂੰ ਪਤਾ ਲੱਗੇ ਕਿ ਮੈਂ ਇਮਾਨਦਾਰੀ ਨਾਲ ਆਪਣੀ ਡਿਊਟੀ ਦੇ ਰਿਆਂ ਹਾਂ ਮੇਰੇ ਹੁੰਦਿਆਂ ਕਿਸੇ ਦੁਕਾਨਦਾਰ ਨੂੰ ਦੁਕਾਨ ਤੇ ਆਉਣ ਦੀ ਲੋੜ ਨਹੀਂ ਮੈਂ ਦੁਕਾਨਾਂ ਦੀ ਜਿੰਨੀ ਵੀ ਇੱਥੇ ਮਾਰਕੀਟ ਹੈ ਸਾਰਿਆਂ ਦੀ ਰਾਖੀ ਕਰ ਰਿਆਂ ਪਰ ਇੱਥੇ ਜਿਹੜੀ ਗੱਲ ਭਗਤ ਕਬੀਰ ਜੀ ਕਹਿੰਦੇ ਕਹਿੰਦੇ ਦੁਨੀਆ 헤 ਦੁਨੀਆ ਦੇ ਲੋਕੋ ਜਗਤ ਦੇ ਲੋਕੋ ਹੁਸ਼ਿਆਰ ਸੁਚੇਤ ਰਹੋ ਬੇਦਾਰ ਜਾਗਦੇ ਰਹੋ ਕਹਿੰਦੇ ਸੁਚੇਤ ਰਹੋ ਜਾਗਦੇ ਰਹੋ ਦੁਨੀਆ ਹੁਸ਼ਿਆਰ ਬੇਦਾਰ ਕਹਿੰਦੇ ਜਾਗਤ ਮੁਸੀਤ ਹੋਰੇ ਪਾਈ ਕਮਾਲ ਦੀ ਗੱਲ ਹੈ ਤੁਸੀਂ ਜਾਗਦੇ ਹੋਏ ਲੁੱਟੇ ਜਾ ਰਹੇ ਹੁਣ ਇੱਥੇ ਗੱਲ ਸਮਝਣ ਦੀ ਬਹੁਤ ਜ਼ਰੂਰਤ ਹੈ ਬੜੀ ਪਿਆਰੀ ਗੱਲ ਕਹੀ ਇਥੇ ਇੱਕ ਬੰਨੇ ਕਹਿੰਦੇ ਜਾਗਦੇ ਰਹੋ ਦੂਜੇ ਪਾਸੇ ਸਾਨੂੰ ਅਗਲੀ ਤੱਕ ਵਿੱਚ ਕਹਿੰਦੇ ਜਾਗਤ ਮੁਸੀਤ ਹੋਰੇ ਭਾਈ ਬਿਦਾਰ ਦਾ ਅਰਥ ਹੈ ਜਾਗਦੇ ਰਹੋ ਤੇ ਅੱਗੇ ਜਾਗਤ ਸ਼ਬਦ ਨਾਲ ਆ ਗਿਆ ਵੀ ਜਿਹੜਾ ਪਹਿਲਾਂ ਹੀ ਜਾਗ ਰਿਹਾ ਉਹਨੂੰ ਇਹ ਕਹਿਣ ਦੀ ਲੋੜ ਹੈ ਜਾਗ ਭਾਈ ਹੁਣ ਮੰਨ ਲਓ ਇੱਕ ਬੱਚਾ ਹੱਥ ਵਿੱਚ ਕਿਤਾਬ ਲੈ ਕੇ ਬੈਠਾ ਹੈ ਪੜ ਰਿਹਾ ਸਟੱਡੀ ਕਰ ਰਿਹਾ ਤੁਸੀਂ ਐਸੇ ਬੱਚੇ ਬੱਚੇ ਨੂੰ ਤੁਸੀਂ ਦੁਬਾਰਾ ਕਹੋਗੇ ਪੁੱਤ ਪੜਿਆ ਕਰ ਉਹ ਤੇ ਘਰ ਦੇ ਵੀ ਜੀ ਕਹਣਗੇ ਉਹ ਤੇ ਪਹਿਲਾਂ ਹੀ ਪੜ ਰਿਹਾ ਏ ਇਹ ਤੇ ਤੁਸੀਂ ਉਸ ਪੁੱਤਰ ਧੀ ਨੂੰ ਕਹੋਗੇ ਜਿਹਨੇ ਕਦੀ ਕਿਤਾਬ ਨੂੰ ਹੱਥ ਲਾ ਕੇ ਨਹੀਂ ਵੇਖਿਆ ਜਿਹਨੂੰ ਤੁਸੀਂ ਕਦੀ ਪੜਦੇ ਨਹੀਂ ਵੇਖਿਆ ਵੀ ਬੇਟਾ ਧੀਏ ਪੁੱਤਰ ਪੜ ਵੀ ਲਿਆ ਕਰ ਇਗਜ਼ਾਮ ਆਉਣ ਵਾਲੇ ਨੇ ਤੇਰੇ ਤੂੰ 24 ਘੰਟੇ ਖੇਡ ਮौज-ਮਸਤੀ ਚ ਆਪਣਾ ਟਾਈਮ ਗੁਜ਼ਾਰਦੇ ਜਾਂ ਗੁਜ਼ਾਰਦੀ ਏ ਜਿਹੜਾ ਆਲਰੇਡੀ ਹੁਣ ਇੱਕ ਬੰਦਾ ਪਹਿਲੇ ਹੀ ਕੰਮ ਕਰ ਰਿਹਾ ਤੁਸੀਂ ਉਹਨੂੰ ਕਹੋਗੇ ਕੰਮ ਕਰਿਆ ਕਰੋ ਤੇ ਪਹਿਲੇ ਹੀ ਕਰ ਰਿਹਾ ਉਹਨੂੰ ਤੁਸੀਂ ਇਹ ਕਹੋਗੇ 10 ਮਿੰਟ ਆਰਾਮ ਕਰ ਲਿਆ ਕਰ ਪਰ ਇਸੇ ਸ਼ਬਦ ਵਰਤੇ ਜਾਗਤ ਪਹਿਲਾ ਸ਼ਬਦ ਵਰਤਿਆ ਬੇਦਾਰ ਬੇਦਾਰ ਦਾ ਅਰਥ ਕੀ ਹੈ ਜਾਗਦੇ ਰਹੋ ਅੱਗੇ ਕਹਿੰਦਾ ਜਾਗਤ ਜਿਹੜਾ ਪਹਿਲੇ ਹੀ ਜਾਗ ਰਿਹਾ ਉਹਨੂੰ ਜਗਾਉਣ ਦੀ ਕੀ ਲੋੜ ਹੈ ਜਨਨਿਕ ਵਿੱਚ ਇੱਕ ਫਰਕ ਹੈ ਆਪਣੇ ਆਪ ਜਿ ਜਾਗੇ ਹੋਏ ਜਾਗੇ ਆ ਵਿੱਚ ਕੋਈ ਸ਼ੱਕ ਨਹੀਂ ਪਰ ਜਾਗੇ ਆ ਆਪਣੇ ਮਤਲਬ ਲਈ ਵਾਸਤੇ ਸਚੇਤ ਹਾਂ ਆਪਣੇ ਨਿੱਜ ਵਾਸਤੇ ਮੈਂ ਨਾਲ ਲੁੱਟਿਆ ਜਾਵਾਂ ਜਿਹੜਾ ਵਿਅਕਤੀ ਭਾਵੇਂ ਕੋਈ ਬੀਬੀ ਹੈ ਭਾਵੇਂ ਕੋਈ ਬੰਦਾ ਹੈ ਸਕੂਲ ਵੀ ਨਹੀਂ ਗਿਆ ਉਹ ਇਸ ਪੱਖੋਂ ਤੇ ਜਾਗਦਾ ਹੈ ਵੀ ਜੇ 100 ਰੁਪਏ ਮੈਂ ਬੱਸ ਵਾਲੇ ਕਨੈਕਟਰ ਨੂੰ ਦਿੱਤਾ ਹੈ ਤੇ 25 ਰੁਪਏ ਦੀ ਟਿਕਟ ਹੈ ਤੇ ਉਹਨੇ ਮੈਨੂੰ ਅੱਗੇੋਂ 75 ਰੁਪਏ ਵਾਪਸ ਮੋੜਨੇ ਨੇ ਉਹ ਗਿਣਨੇ ਹੁੰਦੇ ਨੇ ਇਸ ਪੱਖੋਂ ਸੁਚੇਤ ਹਾਂ ਸੀ ਇਸ ਪੱਖੋਂ ਜਾਗ ਰਹੇ ਹਾਂ ਇਸ ਪੱਖੋਂ ਅਸੀਂ ਜਾਗ ਰਹੇ ਹਾਂ ਜਾਗਤ ਤੁਸੀਂ ਇਸ ਪੱਖੋਂ ਜਾਗ ਰਹੇ ਹਾਂ ਪਰ ਅੰਦਰੂਨੀ ਤੌਰ ਤੇ ਸੁੱਤੇ ਪਏ ਹਾਂ ਅੰਦਰਲਾ ਸਰਮਾਇਆ ਲੁੱਟਿਆ ਜਾ ਰਿਹਾ ਹੈ ਦੁਨਿਆਵੀ ਤੌਰ ਤੇ ਸਾਡੇ ਨਾਲ ਕੋਈ ਠੱਗੀ ਮਾਰੇ ਅਸੀਂ ਮਿੰਟ ਚ ਰੋਲਾ ਪਾ ਦਿੰਨੇ ਹਾਂ ਬਾਹਰੀ ਤੌਰ ਤੇ ਸਾਡੇ ਘਰ ਚੋਰੀ ਹੋਏ ਕੋਈ ਧੋਖਾ ਕਰੇ ਅਸੀਂ ਪਿੱਟ ਸਿਆਪਾ ਪਾਉਣੇ ਹਾਂ ਪਰ ਇੱਥੇ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੁੱਟੇ ਮਨ ਮੁਖ ਨਹੀਂ ਬੁੱਝੇ ਕੋਈ ਨਾ ਸੁਣੇ ਪੁਕਾਰਾ ਇਸੇ ਨੂੰ ਆਪਣਾ ਸਮਰਮਾਇ ਲੁੱਟੇ ਜਾ ਰਿਹਾ ਅੰਦਰ ਦੇ ਸਮਰਮਾਇ ਨੂੰ ਬਚਾਉਣ ਪੱਖੋਂ ਅਸੀਂ ਸੁੱਤੇ ਪਏ ਆ ਬਾਣੀ ਸਾਨੂੰ ਅੰਦਰੋਂ ਜਗਾਉਂਦੀ ਏ ਬਾਰੀ ਤੌਰ ਤੇ ਤੇ ਅਸੀਂ ਜਾਗੇ ਪਏ ਆ ਕੋਈ 4 ਵਜੇ ਦਾ ਜਾਗੇ ਕੋਈ 5 ਵਜੇ ਦਾ ਜਾਗੇ ਕੋਈ 6 ਵਜੇ ਆਪਣੀ ਨੀਂਦ ਤਿਆਗਦਾ ਕੋਈ ਦਿਨੇ 1 ਘੰਟਾ ਆਰਾਮ ਕਰਨ ਦਾ ਕੋ ਪੂਰਾ ਦਿਨ ਸੁੰਦਾ ਹੀ ਨਹੀਂ ਕਿਸੇ ਦਿਨ ਦੀ ਨੀਂਦ 6 ਘੰਟੇ ਕਿਸੇ ਦਿਨ ਦੀ 8 ਘੰਟੇ ਨੀਂਦ ਅੱਗ ਲੱਗ ਲੱਗੇ ਨਾ ਪਰ ਗਾਲੇ ਸੇ ਮੰਦੀ ਹੋ ਰਹੀ ਏ ਦੁਨੀਆ ਹੁਸ਼ਿਆਰ ਬੇਦਾਰ ਜਾਗਤ ਪਾਵ ਜਾਗਦੇ ਹੋਏ ਮੁਸੀਤ ਹੋ ਰਹੇ ਪਾਈ ਤੁਸੀਂ ਆਪਣੇ ਆਪ ਚ ਜਾਗਣ ਹੋਏ ਦਾ ਦਾਵਾ ਕਰਦੇ ਹੋ ਕਿ ਮੈਂ ਜਾਗਿਆ ਪਰ ਲੁੱਟਿਆ ਤੇ ਫੇਰ ਜਾ ਰਹੇ ਨਿਗਮ ਹੁਸ਼ਿਆਰ ਨਿਗਮ ਦਾ ਅਰਥ ਕੀ ਹੈ ਧਾਰਮਿਕ ਗ੍ਰੰਥ ਨਿਗਮ ਹੁਸ਼ਿਆਰ ਨਿਗਮ ਹੁਸ਼ਿਆਰ ਦਾ ਅਰਥ ਹੈ ਇਹਨੇ ਸੋਹਣੇ ਪਹਿਰੇਦਾਰਾਂ ਦੇ ਹੁੰਦੇ ਆ ਸੱਚ ਪੁੱਛੋ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡੀ ਪਹਿਰੇਦਾਰੀ ਕਰਦੀ ਹੈ ਨਾ ਪਰ ਉਹ ਇਹ ਤਰੀਕੇ ਦੀ ਵੀ ਮੈਂ ਜਾਗ ਰਿਆਂ ਗੁਰੂ ਕਹਦਾ ਮੈਂ ਜਾਗਦਾ ਤੁਸੀਂ ਸੁੱਤੇ ਰੋ دنیਆਵੀ ਪਹਿਰੇਦਾਰ ਥੋੜਾ ਜਿਹੜਾ ਕਹਿੰਦਾ ਮੈਂ ਜਾਗਦਾ ਤੁਸੀਂ ਸੁੱਤੇ ਰੋ ਉਹ ਕਹਿੰਦਾ ਨਾ ਭਾਈ ਜਾਗੋ ਜਗਾਉਣ ਦੀ ਸਾਨੂੰ ਕੋਸ਼ਿਸ਼ ਕਰ ਰਹੀ ਹੈ ਬਾਣੀ ਤਾਂ ਪਾਸ਼ਾ ਕਿਨੇ ਸੋਹਣੇ ਤਰੀਕੇ ਨਾਲ ਸਾਨੂੰ ਬਾਣੀ ਵੀ ਸਮਝਾਉਂਦੇ ਨੇ ਨੈਣ ਉਨੀਂਦ ਪਰਦ੍ਰਿਸ਼ਟ ਵਿਕਾਰ ਸ਼ਰਵਣ ਸੋਏ ਸੁਨਿੰਦ ਵਿਚਾਰ ਰਸਨਾ ਸੋਈ ਲੋਭ ਮੀਠੇ ਸਾਦ ਮਨ ਸੋਇਆ ਮਾਇਆ ਵਿਸਮਾ ਦੋ ਕਿਸਮ ਦਾ ਜਾਗਣਾ ਹੁੰਦਾ ਜੀ ਇੱਕ ਤਨ ਦਾ ਇੱਕ ਮਨ ਦਾ ਤਨ ਕਰਕੇ ਤੇ ਜਾਗੇ ਹੋਏ ਹਾਂ ਪਰ ਮਨ ਕਰਕੇ ਸੁੱਤੇ ਪਏ ਹਾਂ ਹੁਣ ਇਥੇ ਸ਼ਬਦ ਵਰਤੇ ਐ ਨਿਗਮ ਹੁਸ਼ਿਆਰ ਪਹਿਰੂਆ ਹੁਸ਼ਿਆਰ ਪਹਿਰੂਆ ਹੁਸ਼ਿਆਰ ਪਹਿਰੂਆ ਸੁਚੇਤ ਪਹਿਰੇਦਾਰ ਸਾਡੇ ਧਰਮ ਗ੍ਰੰਥ ਵਿਚਾਰ ਇਹ ਸਾਡੇ ਪਹਿਰੇਦਾਰ ਨੇ ਇਹ ਸਾਨੂੰ ਜਗਾਉਂਦੇ ਨੇ ਪਰ ਦੇਖਤ ਇਹਨਾਂ ਦੇ ਹੁੰਦੇ ਜਮਲੇ ਜਾਈ ਇਨਦੇ ਹੁੰਦਿਆਂ ਵਕਾਰ ਭੋਗ ਰਹੇ ਇਹਨਾਂ ਦੇ ਹੁੰਦਿਆਂ ਅਸੀਂ ਜਮਾ ਦੇ ਵਾਸਤੇ ਕਿਉਂ ਪਏ ਹੋਏ ਆ ਕਿਉਂਕਿ ਅਸੀਂ ਇਹ ਨਾ ਪੈਰਦਰਾਂ ਦੀ ਗੱਲ ਸੁਣੀ ਨਹੀਂ ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਬੜਾ ਪਿਆਰਾ ਵਾਕ ਹੈ ਨਾ ਕਿ ਐਬ ਤਨ ਚਿਕੜੋ ਇਹ ਮਨ ਮੀਂਢ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਭੌਰ 우ਸਤਾਦ ਨਿਤ ਪਾਖਿਆ ਬੋਲੇ ਭੌਰਾ ਤੇ ਰੋਜ 우ਸ ਪਾਖਿਆ ਦੇ ਰਿਆ ਗੁਰੂ ਭੌਰਾ ਤੇ ਰੋਜ ਹੀ ਗੂੰਜ-ਗੂੰਜ ਕੇ ਸਾਨੂੰ ਸੁਚੇਤ ਕਰ ਰਹੇ ਨੇ ਗੁਰੂ ਜੀ ਪਰ ਕਿਉਂ 부ਝੈ ਜੇ ਨਹਿ 부ਝਾਈ ਜਦੋਂ ਅਸੀਂ 부ਝਣਾ ਹੀ ਨਹੀਂ ਚਾਹੁੰਦੇ ਜਦੋਂ ਅਸੀਂ ਜਾਗਣਾ ਹੀ ਨਹੀਂ ਚਾਹੁੰਦੇ ਤੱਕੇ ਨਾਲ ਸਾਨੂੰ ਤੁਸੀਂ ਕਿਦਾਂ ਜਗਾ ਦਿਓਗੇ ਸੁੱਤੇ ਪਏ ਹੁਣ ਸ਼ਬਦ ਵਰਤੇ ਆ ਦੁਨੀਆ ਹੁਸ਼ਿਆਰ ਬੇਦਾਰ ਜਾਗਤ ਮੁਸੀਤ ਹੋਰੇ ਭਾਈ 헤 ਦੁਨੀਆ ਦੇ ਲੋਕ ਕੋ ਸੁਚੇਤ ਰਹੋ ਜਾਗਦੇ ਰਹੋ ਤੁਸੀਂ ਜਾਗਦੇ ਲੁੱਟੇ ਜਾ ਰਹੇ ਆ ਨੇਕਮੁਸ਼ੀਆਰ ਪਹਿਰੂਆ ਦੇਖਤ ਕਹਿੰਦੇ ਨੇਕਮੁਸ਼ੀਆਰ ਪਹਿਰੂਆ ਦੇਖਤ ਜਾਮਲੇ ਜਾਈ ਐਡੇ ਵਧੀਆ ਸਾਡੇ ਕੋ ਪਹਿਰੇਦਾਰ ਦੇ ਹੁੰਦੇ ਆਂ ਮਾਫ ਕਰਨਾ ਜੇ ਮੈਂ ਸਿੱਧੀ ਜੀ ਪਾਸ਼ਾ ਜੀ ਕਹਾਂ ਸਾਨੂੰ ਖਾਖੀ ਨਿਕਰਾਂ ਕੌਣ ਪਵਾ ਗਿਆ ਐਡੇ ਵਧੀਆ ਪਹਿਰੇਦਾਰਾਂ ਦੇ ਹੁੰਦੇ ਆਂ ਸਾਨੂੰ ਅਗਲੇ ਆਪਣੀ ਬੋਲੀ ਕਿਦਾਂ ਬਣਵਾ ਗਿਆ ਐਡੇ ਵਧੀਆ ਪਹਿਰੇਦਾਰ ਹੁੰਦੇ ਆਂ ਸਾਡੇ ਪਾਣੀਆਂ ਤੇ ਸਾਡੀ ਬੋਲੀ ਤੇ ਸਾਡੇ ਕਲਚਰ ਤੇ ਏਡਾ ਵੱਡਾ ਡਾਕਾ ਕਿਦਾਂ ਮਾਰ ਗਏ? ਵਾਸਤਵ ਚ ਕੀ ਸੀ? ਅਸੀਂ ਸਿਰਫ ਜਾਗਣ ਦਾ ਨਾਟਕ ਕਰ ਰਹੇ ਸੀ। ਵਾਸਤਵ ਚ ਅਸੀਂ ਸੁੱਤੇ ਪਏ ਸੀ। ਅਗਲੇ ਜੇ ਲੱਕ ਬਨ ਕੇ ਪਿਛੇ ਲੱਗੇ ਹੋਏ ਨੇ ਤੇ ਉਹਨਾਂ ਨੋਟ ਕਰ ਲਿਆ ਵੀ ਇਹ ਸੁੱਤੇ ਪਏ ਨੇ। ਲੁੱਟੋ, ਤਗੜੇ ਹੋ ਕੇ ਲੁੱਟੋ। ਇਹਦੇ ਪਿੱਛੇ ਇੱਕ وجہ ਹੈ। ਜਿਹੜੀ ਗੱਲ ਗੁਰੂ ਅਰਜਨ ਸਾਹਿਬ ਜੀ ਨੇ ਕਹੀ ਹੈ ਨਾ ਸਗਲ ਸਹੇਲੀ ਆਪਣੇ ਰਸਮਾਤੀ ਗੱਲ ਭਾਵੇਂ ਉਥੇ ਬੰਦੇ ਦੇ ਅੰਦਰ ਦੀ ਕੀਤੀ ਪਰ ਉਹਦੀ ਤੁਸੀਂ ਤਸਵੀਰ ਖਿੱਚ ਕੇ ਵੇਖੋ ਐਨ ਬਾਹਰ ਦੀ ਪਿਕਚਰ ਕਲੀਅਰ ਹੋ ਰਹੀ ਹੈ ਸਗਲ ਸਹੇਲੀ ਆਪਣੇ ਰਸਮਾਤੀ ਕੱਲਾ ਕੱਲਾ ਸਾਡਾ ਗਿਆਨ ਅੰਦਰ ਆ ਆਪਣੇ ਆਪਣੇ ਰਸ ਵਿੱਚ ਮਸਤ ਹੈ ਗਿਆਨ ਅੰਦਰ ਦਾ ਮਤਲਬ ਹੈ ਜਿਹਨੇ ਗਿਆਨ ਦੇਣਾ ਸੀ ਸਾਨੂੰ ਅੱਖਾਂ ਨੇ ਵੇਖਣ ਦਾ ਗਿਆਨ ਦੇਣਾ ਸੀ ਕੰਨਾਂ ਨੇ ਸੁਣਨ ਦਾ ਗਿਆਨ ਦੇਣਾ ਸੀ ਜ਼ੁਬਾਨ ਨੇ ਬੋਲਣ ਦਾ ਸਕਿੰਨ ਨੇ ਸਪਰਸ਼ ਦਾ ਇਨੇ ਖਾਂ ਨੂੰ ਗਿਆਨ ਦੇਣਾ ਸੀ ਇਹ ਆਪਣੇ ਹੋਰ ਹੀ ਕੰਮ ਹੁਣ ਕੰਨ ਸਾਨੂੰ ਸੱਚੀ ਸੁਣਨ ਦਾ ਗਿਆਨ ਦੇ ਰਹੇ ਨੇ ਦੇ ਰਹੇ ਨੇ ਪਰ ਗਲਤ ਸੁਣਿਆ ਜਾ ਰਹੇ ਆ ਅੱਖਾਂ ਗਲਤ ਵੇਖ ਰਹੀਆਂ ਨੇ ਆਪਣੇ ਆਪਣੇ ਰਸ ਵਿੱਚ ਮਸਤ ਨੇ ਸਗਲ ਸਹੇਲੀ ਆਪਣੇ ਰਸ ਮਾਤੀ ਗ੍ਰੇ ਆਪਣੇ ਕੀ ਖਬਰ ਨਾ ਜਾਂਦੀ ਮੁਸਨਹਾਰ ਪੰਜ ਬਟਵਾਰੇ ਮੁਸਨ ਵਾਲੇ ਪੰਜ ਬਟਵਾਰੇ ਨੇ ਸੂਨੇ ਨਗਰ ਪਰੇ ਠਗ ਹਾਰੇ ਨਗਰ ਸੁਨਾ ਵੇਖ ਕੇ ਆ ਗਏ ਕਿਉਂ ਕਿਉਂਕਿ ਅਸੀਂ ਸੁੱਤੇ ਪਏ ਸੀ ਸੁੰਨਾ ਨਗਰ ਲਿਖਿਆ ਸੁੰਨਾ ਆਪਾਂ ਕਿ ਨਗਰ ਸੁੰਨਾ ਪਿਆ ਸੁੰਨਾ ਉਹਨੂੰ ਕਹਾਂਗੇ ਜਿੱਥੇ ਹੈ ਕੋਈ ਨਹੀਂ ਇੱਥੇ ਇੱਥੇ ਸੁੰਨਾ ਕਿਉਂ ਤਾਂ ਕਿਹਾ ਹੈਗੇ ਅੰਦਰ ਹੀ ਸੀ ਪਰ ਰਾਸ ਵਿੱਚ ਮਸਤ ਹੋਣ ਕਰਕੇ ਸੁੱਤੇ ਪਏ ਸੀ ਸੁੰਨੇ ਨਗਰ ਅੱਜ ਅੱਜ ਕੌਮ ਚ ਕਿਤੇ ਬੰਦੇ ਹੈ ਨਹੀਂ ਹੈਗੇ ਨੇ ਮਰ ਥੋੜਾ ਗਏ ਨੇ ਪਰ ਸੁੱਤੇ ਨੇ ਲੀਡਰ ਕੁਰਸੀ ਦੇ ਰਾਸ ਵਿੱਚ ਸੁੱਤਾ ਪਿਆ ਹੈ ਅਖੌਤੀ ਬੰਦਾ ਆਪਣੇ ਮੱਥੇ ਟਿਕਾਉਣ ਵਿੱਚ ਸੁੱਤਾ ਪਿਆ ਹੈ ਕਲਾਕਾਰ ਲੋਕਾਂ ਨੂੰ ਲਚਰਤਾ ਪਰੋਸਣ ਵਿੱਚ ਸੁੱਤੇ ਪਏ ਨੇ ਕੁਟਾਵੇਂ ਕਲਾਕਾਰ ਕੁਟਾਵੇਂ ਕੋਈ ਲੀਡਰ ਉਂਗਲਾਂ ਤੇ ਗਿਣਨ ਵਾਲੇ ਜਾਗਦੇ ਨੇ ਜਿਹੜੇ ਕਹਿੰਦੇ ਨੇ ਜਮੀਰ ਜਗਾਓ ਭਾਈ ਲੀਡਰਸ਼ਿਪ ਚਾਹੀਦੀ ਹੈ ਸਤਾ ਚਾਹੀਦੀ ਹੈ ਤਾਕਤ ਚਾਹੀਦੀ ਹੈ ਤਾਕਤ ਤੋਂ ਬਿਨਾ ਗੁਜ਼ਾਰਾ ਨਹੀਂ ਹੈ ਪਰ ਅੱਜ ਇਮਾਨਦਾਰੀ ਮੋਗੀ ਜੋ ਸਮਾਜ ਵਿੱਚੋਂ ਖਤਮ ਹੋ ਗਈ ਅੱਜ ਸਵਾਰਥਪੂਰਨ ਜੀਵਨ ਵਿੱਚ ਕੰਮ ਕਰ ਰਹੇ ਤੁਸੀਂ ਵੇਖੋ ਕਿੰਨਾ ਜ਼ੋਰ ਲੱਗ ਰਿਹਾ ਹੈ ਕਿਦਾਂ ਜਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਕਿਤੇ ਨਾ ਕਿਤੇ ਫਿਰ ਬੰਦਾ ਜਦੋਂ ਸਮਾਂ ਆਉਂਦਾ ਹੈ ਤੇ ਆਣ ਕੇ ਡਿੱਗ ਪੈਂਦਾ ਹੈ ਅੱਜ ਜੇ ਸਾਡੇ ਹੱਕਾਂ ਦੇ ਉੱਤੇ ਅਗਲੇ ਆਪਣਾ ਕਬਜ਼ਾ ਕਰਕੇ ਬਿਠੇ ਨੇ ਅੱਜ ਆਪਣਾ ਹੱਕ ਮੰਗਣ ਲਈ ਰੌਲਾ ਪਾਉਣਾ ਪੈ ਰਿਹਾ ਵਜਾ ਸ਼ੁਰੂ ਤੋਂ ਲੈ ਕੇ ਅਸੀਂ ਸੁੱਤੇ ਪਏ ਜਾਗਣ ਦੀ ਤੇ ਜੇ ਸਾਨੂੰ ਕੋਈ ਜਗਾਉਣ ਦੀ ਕੋਸ਼ਿਸ਼ ਕਰਦਾ ਨਾ ਸਭ ਤੋਂ ਮਾਫ ਕਰਨਾ ਜਦੋਂ ਕੋਈ ਇਥੇ ਹੋਇਆ ਇਥੇ ਗੁਰੂ ਸਾਹਿਬ ਜਗਾਉਂਦੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਭਗਤ ਕਬੀਰ ਜੀ ਭਗਤ ਰਵਦਾਸ ਜੀ ਵਰਗੇ ਭਗਤ ਧੰਨਾ ਜੀ ਵਰਗੇ ਭਗਤ ਪੀਪਾ ਜੀ ਵਰਗੇ ਸਧਨਾ ਜੀ ਕਿਤੇ ਬੜੇ ਮਹਾਨ ਯੋਧੇ ਹੋਏ ਜਿਹੜੇ ਸਾਨੂੰ ਜਗਾਉਂਦੇ ਰਹੇ ਜਾਗੋ ਭਾਈ ਜਾਗੋ ਪਰ ਗਫਲਤ ਦੀ ਨੀਂਦ 'ਚ ਸੁੱਤੇ ਬੰਦਿਆਂ ਨੇ ਜਾਗਣਾ ਤੇ ਕੀ ਸੀ ਉਲਟਾ ਕੰਮ ਕੀਤਾ ਜਗਾਉਣ ਵਾਲਿਆਂ ਨੂੰ ਹੀ ਤੱਤੀਆਂ ਤਵੀਆਂ ਤੇ ਬਿਠਾ ਦਿੱਤਾ ਤੁਸੀਂ ਸਾਨੂੰ ਜਗਾਉਣ ਆਏ ਜੇ ਤੁਸੀਂ ਸਾਨੂੰ ਜਗਾਉਂਦੇ ਜੇ ਤੁਹਾਡੇ ਬੰਦ-ਬੰਦ ਕੱਢ ਦੇਵਾਂਗੇ ਤੁਹਾਡੇ ਖੋਪਰ ਲਾ ਦੇਵਾਂਗੇ ਤੁਹਾਨੂੰ ਚਰਖੀਆਂ ਤੇ ਚੜ੍ਹਾ ਦੇਵਾਂਗੇ ਤੁਸੀਂ ਸਾਨੂੰ ਚਗਾਉਂਦੇ ਜੇ ਤੁਹਾਡੇ ਬੱਚੇ ਦਾ ਦਿਲ ਕੱਢ ਕੇ ਤੁਹਾਡੇ ਮੂੰਹ ਚ ਪਾਵਾਂਗੇ ਬੰਦਾ ਸਿੰਘ ਬਹਾਦਰ ਦਾ ਕੀ ਕਸੂਰ ਸੀ ਅੱਜ ਜਿੰਨਾਂ ਜ਼ਮੀਨਾਂ ਦੇ ਅੱਜ ਮਾਲਕਾਂ ਇਹਨਾਂ ਜ਼ਮੀਨਾਂ ਦੇ ਮਾਲਕ ਬਣਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਸੀ ਪਰ ਜਿਹੜੇ ਨਹੀਂ ਸੀ ਜਾਗਣਾ ਚਾਹੁੰਦੇ ਸਮੇਂ ਦੀਆਂ ਸਰਕਾਰਾਂ ਬਾਦਸ਼ਾਹਾਂ ਜਿਹੜੇ ਚਾਹੁੰਦੇ ਸੀ ਪਬਲਿਕ ਸੁੱਤੀ ਰਵੇ ਤੇ ਸਾਡਾ ਰਾਜ ਕਾਇਮ ਰਹੇ ਦਬਦਬਾ ਬਣਿਆ ਰਹੇ ਕੀ ਕੁਝ ਨਹੀਂ ਹੋਇਆ ਇਹਨਾਂ ਸ਼ਬਦਾਂ ਨੂੰ ਧਿਆਨ ਨਾਲ ਪੜ੍ਹ ਕੇ ਵਿਖਿਓ ਅਸੀਂ ਜਾਗਦੇ ਆਂ ਪਰ ਆਪਣੇ ਕੰਮਾਂ ਲਈ ਜਾਗਦੇ ਆਂ ਕਿਹਨੇ ਸਾਨੂੰ ਕਿੰਨੇ ਪੈਸੇ ਸਖਜ ਦਿੱਤੇ ਅਸੀਂ ਕਿੰਨੇ ਦੇਣੇ ਨੇ ਦਸਾਂ ਸਾਲਾਂ ਬਾਅਦ ਵੀ ਯਾਦ ਹੈ ਇਸ ਪੱਖੋਂ ਜਾਗਦਾ ਉਹਨੇ ਸਾਡੇ ਨਾਲ ਉਹ ਵਧੀ ਕੀ ਕੀਤੀ ਅਸੀਂ ਏਦਾਂ ਬਦਲਾ ਲੈਣਾ ਹੈ ਇਸ ਪੱਖੋਂ ਜਾਗਦਾ ਉਹਨੇ ਸਾਡੇ ਤੇ ਆ ਭਾਜੀ ਚਾੜੀਏ ਅਸੀਂ ਏਦਾਂ ਉਹਨਾਂ ਸਾਡੀ ਜ਼ਮੀਨ ਤੇ ਕਬਜ਼ਾ ਕੀਤਾ ਸੀ ਉਹਨੇ ਸਾਡੇ ਨਾਲ ਆਹ ਕੀਤਾ ਸੀ ਸਾਡਾ ਵਟਨਾ ਉਹਦੇ ਨਾਲ ਝਗੜਾ ਸੀ ਪੜਦਾਦਿਆਂ ਦਾ ਵਖਤ ਦਾ ਪਿਆ ਹੋਇਆ ਵੈਰ ਅੱਗੇ ਦੋ ਤਿਆਂ ਪੁੱਤਰਿਆਂ ਤੱਕ ਵੈਰ ਤੁਰਿਆ ਆ ਰਿਹਾ ਹੈ ਇਸ ਪੱਖੋਂ ਜਾਗਦੇ ਆਂ ਜਾਗਦੇ ਆਂ ਪਤਾ ਹੈ ਸਾਨੂੰ ਇੱਕ ਜਦੋਂ ਇਸ ਪੱਖੋਂ ਸੁਚੇਤ ਪਰ ਆਪਣਾ ਆਤਮਕ سرمਾਇਆ ਲਟਾ ਕੇ ਬਿਠੇ ਆਂ ਇਸ ਪੱਖੋਂ ਸੁਚੇਤ ਨਹੀਂ ਆਂ ਉਹ ਤੇ ਸ਼ਰਧ ਵਰਤੇ ਆ ਦੁਨੀਆ ਹੁਸ਼ਿਆਰ ਬੇਦਾਰ ਜਾਗਤ ਮੁਸੀਤ ਹੋਰੇ ਭਾਈ ਹੁਣ ਇਹਨਾਂ ਸ਼ਬਦਾਂ ਨੂੰ ਕਦੀ ਪੜ੍ਹ ਕੇ ਵਿਚਾਰ ਕੇ ਵੇਖਿਆ ਵੀ ਬਾਣੀ ਸਾਨੂੰ ਜਗਾਉਣ ਦੀ ਗੱਲ ਕਰ ਰਹੀ ਐ ਕੇਸਲ ਮਾਰੀ ਐ ਸੁੱਤੇ ਸੁੱਤੇ 'ਚ ਵੀ ਫਰਕ ਹੁੰਦਾ ਐ ਇੱਕ ਹੁੰਦਾ ਬਿਲਕੁਲ ਸੁੱਤਾ ਉਹਨੂੰ ਇਦਾਂ ਪੈਰ ਲਾਓ ਮੜਾ ਜਾ ਉੱਠ ਕੇ ਤੁਰ ਪਵੇਗਾ ਤੇ ਇੱਕ ਇਦਾਂ ਕਹੀ ਜਾਏਗਾ ਮੈਂ ਤਾਂ ਜਾਗਦਾ ਹਾਂ ਮੈਂ ਤਾਂ ਜਾਗਦਾ ਐਹੋ ਜੇ ਜਾਗਣ ਨੂੰ ਕੀ ਕਰਨਾ ਜਿਹਦੇ ਹੁੰਦਿਆਂ ਚੋਰ ਚੋਰੀ ਕਰਕੇ ਲੈ ਜਾਏ ਐਹੋ ਜੇ ਜਾਗਣ ਨੂੰ ਕਰਨਾ ਵੀ ਮੰਨ ਲਓ ਉਹ ਸਵੇਰੇ ਉੱਠ ਕੇ ਵੇਖੇ ਤੇ ਘਰ ਚੋਰੀ ਹੋਈ ਹੋਵੇ ਤੇ ਘਰ ਦਾ ਕਿ ਜੀ ਕਵੇ ਹਾਂ ਮੈਂ ਮੈਨੂੰ ਪਤਾ ਸੀ ਸਾਢੇ 3 ਵਜੇ ਖੜਾਕ ਆਇਆ ਸੀ ਦੂਜਾ ਕਵੇ ਕਿ ਜੇ ਖੜਾਕ ਆਇਆ ਉੱਠ ਕੇ ਵੇਖ ਲੈਂਦਾ ਵੀ ਜੇ ਤੈਨੂੰ ਮਾੜਾ ਮੋਟ ਕੋਈ ਇਹਦਾ ਮਤਲਬ ਜੇ ਤੂੰ ਤੋਂ ਜਾਗਦਾ ਰੌਲਾ ਪਾਉਂਦੇ ਹੋ ਸਕਦਾ ਚੋਰ ਸਮਾਨ ਚੋਰੀ ਕਰਕੇ ਜਿਹੜਾ ਲੈ ਕੇ ਜਾ ਰਿਹਾ ਸੀ ਤੇਰੇ ਉੱਠਣ ਨਾਲ ਰੌਲਾ ਪਾਉਣਾ ਛੱਡ ਜਾਂਦਾ ਤੇਰੇ ਉਸ ਜਾਗਣ ਦਾ ਅਰਥ ਕੀ ਰਹਿ ਗਿਆ ਚਲੋ ਅਸੀਂ ਤਾਂ ਸੁੱਤੇ ਹੀ ਪਏ ਸੀ ਇੱਥੇ ਬਹੁਤ ਕਮਾਲ ਦੀ ਗੱਲ ਕੀ ਦੁਨੀਆ ਖੁਸ਼ਿਆਰ ਬੇਦਾਰ ਜਾਗਤ ਮੁਸੀਤ ਹੋਰੇ ਪਾਈ ਅਸੀਂ ਜਾਗਦੇ ਹੋਏ ਲੁੱਟੇ ਜਾ ਰਹੇ ਆ ਅਸੀਂ ਆਪਣੇ ਆਪ ਨੂੰ ਸਟੇਤ ਖਵਾ ਰਹੇ ਆ ਵੀ ਅਸੀਂ ਪਹਿਰੇਦਾਰ ਸਾਡੇ ਕੋਲ ਐਸੀ ਸੁਚੇਤ ਆ ਨਿਗਮੁ ਖੁਸ਼ਿਆਰ ਪਹਿਰੂਆ ਐਡੇ ਵਧੀਆ ਸਾਡੇ ਕੋਲ ਪਹਿਰੇਦਾਰ ਹੁਣ ਦੇਖਤ ਜਮਲੇ ਜਾਈ ਐਡੇ ਵਧੀਆ ਪਹਿਰੇਦਾਰ ਦੇ ਹੁੰਦੇ ਆ ਸਾਡੇ ਥੜੇ ਦੁੱਧ ਨਾਲ ਧੁੱਪਣ ਲੱਗ ਪੈ ਸ਼ਿਵਲਿੰਗ ਦੀ ਤਰ੍ਹਾਂ ਜੇ ਉਹ ਤੇ ਸ਼ਿਵਲਿੰਗ ਤੇ ਦੁੱਧ ਪੈਂਦਾ ਸਾਡੇ ਥੜਿਆਂ ਤੇ ਦੁੱਧ ਪੈਣ ਲੱਗ ਪਿਆ ਫਰਕ ਰਹਿਣ ਕਿੱਥੇ ਦਿੱਤਾ ਐਡੇ ਵਧੀਆ ਪਹਿਰੇਦਾਰਾ ਦੇ ਹੁੰਦੇ ਆ ਅਗਲਿਆਂ ਦੇ ਮੰਦਰਾਂ ਦੇ ਬਾਹਰ ਜਨਵਰਾਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਜਾਂਦੀਆਂ ਰਹੀਆਂ ਸਾਡੇ ਬੱਕਰੇ ਝਟਕਾ ਕੇ ਤੇ ਉਹਨਾਂ ਦਾ ਖੂਨ ਸ਼ਸਤਰਾਂ ਨੂੰ ਲਾਇਆ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਐਡੇ ਵਧੀਆ ਪਹਿਰੇਦਾਰ ਦੇ ਹੁੰਦੇ ਆ ਅਸੀਂ ਸੁੱਤਿਆਂ ਵਾਲੇ ਕੰਮ ਕਿਉਂ ਕਰ ਰਹੇ ਆ ਐਡੇ ਵਧੀਆ ਪਹਿਰੇਦਾਰ ਦੇ ਹੁੰਦੇ ਆ ਇੱਥੇ ਇੰਨੇ ਚੋਰ ਕੋ ਆਣ ਕੇ ਬਹਿ ਗਏ ਅਸੀਂ ਅਸੀਂ ਪਰ ਕਿਉਂ ਨਾ ਕਰ ਸਕੇ ਕਿ ਵਰਦੀਏ ਨੇ ਧਾਰਮਿਕ ਪਾਈਏ ਪਰ ਅੰਦਰ ਠੱਗ ਹੈ ਕਿਉਂ ਨਾ ਪਹਿਚਾਨ ਸਕੇ ਕਿਉਂਕਿ ਗੱਲ ਇਹ ਸੀ ਅਸੀਂ ਪਹਿਰੇਦਾਰ ਦੀ ਆਵਾਜ਼ ਤੇ ਉੱਠਣਾ ਪਸੰਦ ਕੀਤਾ ਹੀ ਨਹੀਂ ਪਹਿਰੇਦਾਰ ਤੇ ਅੱਜ ਵੀ ਬੁਲਾ ਰਹੇ ਨੇ ਸੁਚੇਤ ਨਹੀਂ ਉਠੋ ਪਾਈ ਜਾਗੋ ਅਜੇ ਕਮਾਲ ਦੀ ਗੱਲ ਵੇਖੋ ਕਿਸੇ ਮਾਰਕੀਟ ਵਿੱਚ ਚੋਰੀ ਹੋ ਜਾਏ ਨਾ ਕਿਸੇ ਘਰ ਚੋਰੀ ਹੋ ਜਾਏ ਤੁਸੀਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕਿਹਦੇ ਤੇ ਬਲੇਮ ਲਾਓਗੇ ਪਹਿਰੇਦਾਰ ਜੀ ਪਹਿਰੇਦਾਰ ਦੀ ਗਲਤੀ ਹੁੰਦੀ ਨਹੀਂ ਇਹਨੇ ਰੌਲਾ ਕਿਉਂ ਨਹੀਂ ਪਾਇਆ ਇਹਨੇ ਪੁਲਿਸ ਨੂੰ ਕਹੋ ਕਿਉਂ ਨਹੀਂ ਕੀਤੀ ਚਲੋ ਜੇ ਕੱਲਾ ਸੀ ਰੌਲਾ ਤੇ ਪੋਂਦਾ ਪਰਿਵਾਰ ਵਾਲੇ ਨੂੰ ਕਾਲ ਕਰਦਾ ਨੰਬਰ ਫੋਨ ਮਲਾਉਂਦਾ ਉਹਨਾਂ ਨੂੰ ਵੀ ਇੱਥੇ ਮੈਂ ਚੋਰ ਘੁੰਮਦੇ ਵੇਖੇ ਨੇ ਗੱਡੀਆਂ ਦੋ ਆਰੀਆਂ ਨੇ ਦਰ ਨੂੰ ਤੁਸੀਂ ਸਵੇਰੇ ਉੱਠ ਕੇ ਪਹਿਰੇਦਾਰ ਦੀ ਕਲਾਸ ਲਾਓਗੇ ਪਰ ਜੇ ਇੱਥੇ ਲੁੱਟੇ ਜਾ ਰਹੇ ਆ ਪਹਿਰੇਦਾਰ ਤੇ ਬਲੇਮ ਨਹੀਂ ਲੱਗਣਾ ਕਿਉਂਕਿ ਦੁਨਿਆਵੀ ਪਹਿਰੇਦਾਰ ਅਵੇਸਲਾ ਹੋ ਸਕਦਾ ਕਿਤੇ ਅੱਖ ਲੱਗੀ ਹੋ ਸਕਦੀ ਹੈ ਅਜੇ ਦੁਨਿਆਵੀ ਪਹਿਰੇਦਾਰ ਦੀ ਅੱਖ ਲੱਗ ਸਕਦੀ ਕਿਤੇ ਘੁੰਮਦਿਆਂ ਕਿਤੇ ਚੇਅਰ ਤੇ ਬੈਠਾ ਕੁਰਸੀ ਤੇ ਬੈਠਾ ਉਹਦੀ ਅੱਖ ਲੱਗ ਗਈ ਪਰ ਕੀ ਗੁਰੂ ਪਹਿਰੇਦਾਰ ਦੇ ਉੱਤੇ ਵੀ ਇਹ ਗੱਲ ਢੁਕੇਗੀ ਵੀ ਗੁਰੂ ਪਹਿਰੇਦਾਰ ਵੀ ਸੌ ਗਿਆ ਸੀ ਇਥੇਰੇ ਬਾਣੀਆਂ ਦੀ ਇੱਕੋ ਸਤਗੁਰ ਜਾਗਤਾ ਇੱਕ ਸਤਗੁਰ ਤੇ ਹੈ ਜਿਹੜਾ ਜਾਗਦਾ ਹੈ ਹੋਰ जग ਸੂਤਾ ਮੋਹ ਪਿਆਸ ਬਾਕੀ ਤੇ ਜਗਤ ਮੋਹ ਦੀ ਪਿਆਸ ਵਿੱਚ ਸੁੱਤਾ ਪਿਆ ਹੈ ਮੋਹ ਮੇਰੀ ਚ ਮੈਂ ਮੇਰੀ ਚ ਪਕੜ ਸੁੱਤਾ ਪਿਆ ਹੁਣ ਸਤਗੁਰ ਤੇ ਜਾਗਦਾ ਹੈ ਮਾਫ ਕਰਨਾ ਇਹ ਮੈਂ ਸ਼ਬਦ ਕਲੀਅਰ ਜੀ ਪਾਸ਼ਾ ਚ ਕਮਾ ਸਾਡਾ ਗੁਰੂ ਸ਼ਬਦ ਗੁਰੂ ਗਿਆਨ ਗੁਰੂ ਹੈ ਉਹਨੂੰ ਦੇ ਦੀ ਤਰ੍ਹਾਂ ਪੁੱਜਿਆ ਜਾ ਰਿਹਾ ਹੈ ਇਹ ਐਡੇ ਵਧੀਆ ਪਹਿਰੇਦਾਰ ਦੇ ਹੁੰਦੇ ਆ ਅਸੀਂ ਕਰਮ ਕਾਂਡ ਨਿਭਾ ਰਹੇ ਹਾਂ ਸਾਨੂੰ ਲੱਗਦਾ ਜਿਵੇਂ ਸਾਨੂੰ ਠੰਡ ਲੱਗਦੀ ਹੈ ਇਦਾਂ ਗੁਰੂ ਨੂੰ ਵੀ ਠੰਡ ਲੱਗਦੀ ਹੈ ਜਿਵੇਂ ਸਾਨੂੰ ਨੀਂਦ ਆਉਂਦੀ ਹੈ ਇਦਾਂ ਗੁਰੂ ਨੂੰ ਵੀ ਨੀਂਦ ਆਉਂਦੀ ਹੈ ਜਿਵੇਂ ਸਾਨੂੰ ਭੁੱਖ ਲੱਗਦੀ ਹੈ ਇਦਾਂ ਗੁਰੂ ਨੂੰ ਵੀ ਸ਼ਬਦ ਗੁਰੂ ਨੂੰ ਵੀ ਭੁੱਖ ਲੱਗਦੀ ਹੈ ਇਹੋ ਵਜ੍ਹਾ ਅੱਜ ਭੋਗ ਲਵਾਏ ਜਾ ਰਹੇ ਨੇ ਗੁਰੂ ਰਣਜੀਤ ਸਾਹਿਬ ਜੀ ਦੇ ਸਾਹਮਣੇ ਹੁਣ ਲਾਭੋ ਭੋਗ ਹਰ ਰਾਇ ਵਰਗੀਆਂ ਤੁਕਾਂ ਪੜੀਆਂ ਜਾ ਰਹੀਆਂ ਨੇ ਸੈਰ ਕਰਾਈ ਜਾ ਰਹੀ ਮਹਾਰਾਜ ਨੂੰ ਸੁੱਤਿਆਂ ਦੀਆਂ ਤੇ ਨਿਸ਼ਾਨੀਆਂ ਨੇ ਜਿਹਦੇ ਜਿਹਦੇ ਬਾਰੇ ਬਾਣੀ ਇਹ ਕਹੇ ਰਹੀ ਵੀ ਸਤਗੁਰ ਹਮੇਸ਼ਾ ਜਾਗਦਾ ਹੈ ਉਹਨੂੰ ਉਹਨੂੰ ਸ਼ਾਮਾ ਪੈਂਦੀ ਐ ਇਦਾਂ ਕਿਹਾ ਜਾ ਰਿਹਾ ਮਹਾਰਾਜ ਜੀ ਤੁਹਾਡਾ ਸੁਖ ਹਸਣ ਤਿਆਰ ਹੈ ਜੇ ਕੋਈ ਕੁਐਸਚਨ ਕਰਦੇ ਸਾਡੇ ਤੇ ਸਵੇਰ ਦੇ ਮਹਾਰਾਜ ਦੁੱਖ ਹਸਣ ਤੇ ਸੀ ਜਿਹੜਾ ਤੁਸੀਂ ਹੁਣ ਸੁਖ ਹਸਣ ਤੇ ਲੈ ਕੇ ਜਾਣਾ ਹੈ ਉਹ ਸਿਰਫ ਮਹਾਰਾਜ ਦੇ ਸਰੂਪ ਦੀ ਸੇਵਾ ਸੰਭਾਲ ਹੈ ਸਰੂਪ ਦੀ ਸੇਵਾ ਸੰਭਾਲ ਹੈ ਸਤਗੁਰ ਤੇ ਹਮੇਸ਼ਾ ਸੁਖ ਆਸਣ ਚ ਰਹਿੰਦੇ ਨੇ ਸਤਗੁਰ ਤੇ ਹਮੇਸ਼ਾ ਹੀ ਸਤਗੁਰ ਦੇ ਕੋਲ ਤੇ ਹਮੇਸ਼ਾ ਹੀ ਸੁਖ ਦਾਸਣ ਉਹ ਸਪੈਸ਼ਲ ਤੁਸੀਂ ਵੇਖਿਆ ਗੁਰਦੁਆਰਿਆਂ ਚ ਪੰਕਤੀਆਂ ਲਿਖੀਆਂ ਹੁੰਦੀਆਂ ਨੇ ਲੈਂਡ ਲਿਖੀ ਹੁੰਦੀ ਹੈ ਜਿੱਥੇ ਰਾਤ ਨੂੰ ਸਰੂਪ ਦੀ ਸੇਵਾ ਕਰਨੀ ਹੈ ਉਥੇ ਲਿਖਿਆ ਹੁੰਦਾ ਸੁਖ ਆਸਣ ਸਥਾਨ ਤੇ ਜੇ ਕੋਈ ਸਵਾਲ ਕਰ ਦੇਵੇ ਬੱਚਾ ਤੁਹਾਡੇ ਤੇ ਤੁਹਾਡਾ ਨਾ ਗੁਰਦੁਆਰੇ ਗਿਆ ਬੱਚਾ ਜੇ ਸਵਾਲ ਕਰ ਦੇਵੇ ਜੀ ਇਹ ਸੋਖ ਹਸਣ ਜਿੱਥੇ ਸਵੇਰ ਦਾ ਪ੍ਰਕਾਸ਼ 4:30 5 ਵਜੇ ਦਾ ਕੀਤਾ ਸੀ ਉਹ ਕੀ ਸੀ ਫਿਰ ਹੈ ਕਿਸੇ ਪ੍ਰਬੰਧਕ ਕਮੇਟੀ ਕੋ ਕਿਸੇ ਗਰੰਥੀ ਕੋ ਜਵਾਬ ਇਸ ਗੱਲ ਦਾ ਵੀ ਜੇ ਇੱਕ ਕਮਰੇ ਚ ਮਹਾਰਾਜ ਦੇ ਸਰੂਪ ਨੂੰ ਰੱਖਣ ਨਾਲ ਸੋਖ ਹਸਣ ਬਣ ਗਿਆ ਜਿੱਥੇ ਸਵੇਰ ਦਾ ਪ੍ਰਕਾਸ਼ ਸੀ ਉਹ ਉਹ ਕੀ ਸੀ ਸੋਖ ਹਸਣ ਨਹੀਂ ਸੀ ਗੁਰੂ ਹਮੇਸ਼ਾ ਸੋਖ ਹਸਣ ਚ ਰਹਿੰਦੇ ਨੇ ਅਸੀਂ ਸ਼ਬਦਾਂ ਨੂੰ ਧਿਆਨ ਨਹੀਂ ਮਾਰਿਆ ਕਿ ਇਹਨਾਂ ਸ਼ਬਦਾਂ ਦੇ ਆਉਣ ਵਾਲੇ ਸਮੇਂ ਸਾਡੇ ਕੋਲ ਕੋਈ ਜਵਾਬ ਮੰਗੇਗਾ ਸੀ ਕੀ ਦੇਵਾਂਗੇ ਇਸੇ ਸ਼ਬਦ ਵਰਤਿਆ ਇੱਕੋ ਸਤਗੁਰ ਜਾਗਤਾ ਕਿਉਂਕਿ ਸਾਡੇ ਦਿਮਾਗ 'ਚ ਇਦਾਂ ਦੀ ਪਿਕਚਰ ਬੈ ਗਈ ਹੈ ਮਾਫ ਕਰਨਾ ਜਿਹੜੀ ਸੋਲਾ ਬਾਣੀ ਅਸੀਂ ਮਹਾਰਾਜ ਦੇ ਸਰੂਪ ਨਾਲ ਸ਼ਾਮ ਨੂੰ ਪੜਦੇ ਹਾਂ ਉਹਦਾ ਸਬੰਧ ਵੀ ਸਾਡੇ ਨਾਲ ਸੀ ਵਾਸਤਵ 'ਚ ਸਿੱਖ ਰਹਿਤ ਮਰਦਾ ਪੜ ਲਓ ਪੰਥ ਪ੍ਰਵਾਨ ਸਿੱਖ ਰਹਿਤ ਮਰਦਾ ਪੜ ਲਓ ਜਿਹਨੂੰ ਨੇ ਪਹਿਲੇ ਖੋਵੇ ਕੁਝ ਲਿਖਿਆ ਬਕਾਇਦਾ ਜਿਹਨੂੰ ਤੁਸੀਂ ਆਪਣੇ ਘਰ ਦੇ ਸਾਰੇ ਕੰਮ ਕਾਰ ਨਿਪਟਾ ਲਓ ਜਿਹਨੂੰ ਰਾਤ ਨੂੰ ਸੌਣ ਲੱਗੋ ਇਹ ਪੰਜ ਸ਼ਬਦਾਂ ਦਾ ਤੁਸੀਂ ਉਸ ਵਕਤ ਪਾਠ ਕਰਨਾ ਹੈ ਸੌਣ ਟਾਈਮ ਪਰ ਅਸੀਂ ਅਸੀਂ ਆਪਣੇ ਨਾਲ ਨਹੀਂ ਅਸੀਂ ਕਿਹਾ ਹੁਣ ਮਹਾਰਾਜ ਸੌਣ ਲੱਗੇ ਆ ਗੁਰੂ ਗ੍ਰੰਥ ਸਾਹਿਬ ਦੇ ਸੌਣ ਦਾ ਟਾਈਮ ਹੋ ਗਿਆ ਹੈ ਚਲੋ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਪੰਜ ਸ਼ਬਦਾਂ ਦਾ ਪਾਠ ਕਰਦੇ ਹਾਂ ਭਾਈ ਸਾਹਿਬ ਹੁਣ ਪੜਨਗੇ ਮਹਾਰਾਜ ਸੌਣ ਲੱਗੇ ਨੇ ਪਰ ਤੁਸੀਂ ਵੇਖੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਦੋਂ ਅਸੀਂ ਉਸ ਸਥਾਨ ਤੋਂ ਉਸ ਰੂਮ ਤੱਕ ਲੈ ਕੇ ਜਾਂਦੇ ਹਾਂ ਦਿਮਾਗ 'ਚ ਪਿਕਚਰ ਸਾਰਿਆਂ ਦੇ ਇਦਾਂ ਬਠੀ ਜਿਵੇਂ ਹੁਣ ਮਹਾਰਾਜ ਜੀ ਹੁਣ ਆਰਾਮ ਕਰਨ ਵਾਸਤੇ ਜਾ ਰਹੇ ਆ ਮਹਾਰਾਜ ਤੇ ਬਾਣੀ ਚੰਦੀ ਇੱਕੋ ਸਤਗੁਰ ਜਾਗਤਾ ਹੋਰ ਜਗ ਸੂਤਾ ਮੋਹ ਪਿਆਸ ਸਤਗੁਰ ਤੇ ਹਮੇਸ਼ਾ ਜਾਗਦੇ ਨੇ ਇਹ ਦੁਨਿਆਵੀ ਪਹਿਰੇਦਾਰ ਹੈ ਜਿਹੜਾ ਰਾਤ ਜਾਗਦਾ ਦਿਨੇ ਆਰਾਮ ਕਰ ਲੈਂਦਾ ਦਿਨਿਆਵੀ ਪਹਿਰੇਦਾਰ ਇਹਦੇ ਹੁੰਦਾ ਨਾ ਦਿਨ ਵੇਲੇ ਉਹ ਜੋਬ ਰਾਤ ਵੇਲੇ ਜੋਬ ਕਰਦਾ ਦਿਨ ਵੇਲੇ ਆਪਣੇ ਘਰ ਆਣ ਕੇ ਸੁੰਦਾ ਨੂੰ ਪਤਾ ਰਾਤ ਨੂੰ ਫੇਰ ਡਿਊਟੀ ਕਰਨੀ ਹੈ ਪਰ ਗੁਰੂ ਸਾਹਿਬ ਜੀ ਤਾਂ ਹਰ ਵਕਤ ਇੱਕੋ ਸਤਗੁਰ ਜਾਗਤਾ ਹੋਰ ਜਗ ਸੂਤਾ ਮੋਹ ਪਿਆਸ ਹੋਰ ਜਗਤ ਸੁੱਤਾ ਪਿਆ ਮੋਹ ਪਿਆਸ ਵਿੱਚ ਮੋਖੀ ਇਹ ਪਕੜ ਵਿੱਚ ਸੁੱਤਾ ਪਿਆ ਹੈ ਸਤਿਗੁਰੂ ਜੀ ਹਮੇਸ਼ਾ ਜਾਗਦੇ ਨੇ ਸੁਚੇਤ ਕਰਦੇ ਨੇ ਸਾਨੂੰ ਇਹ ਸਾਡੀਆਂ ਸੁੱਤਿਆਂ ਦੀਆਂ ਨਿਸ਼ਾਨੀਆਂ ਨੇ ਇਸ ਕਰਕੇ ਇਦਾਂ ਦੇ ਸ਼ਬਦ ਨਹੀਂ ਵਰਤਨੇ ਹਾਂ ਮਹਾਰਾਜ ਦੇ ਰੂਪ ਦੀ ਸੇਵਾ ਸੰਭਾਲ ਕੀਤੀ ਹੈ ਹੁਣ ਮਹਾਰਾਜ ਜੀ ਤੁਹਾਨੂੰ ਅਸੀਂ ਜਿੱਥੇ ਤੁਹਾਡਾ ਸਥਾਨ ਪਿਆਰ ਹੈ ਉੱਥੇ ਲੈ ਕੇ ਜਾ ਰਹੇ ਹਾਂ ਪਰ ਸੋਖਾ ਅਸਣ ਨਹੀਂ ਉਤੇ ਲਖਿਆ ਹੁੰਦਾ ਬਕਾਇਦਾ ਗੁਰਦੁਆਰੇ کئی ਕਮੇਟੀਆਂ ਨੇ ਨਹੀਂ ਲਿਖਿਆ ਸੁਚੇਤ ਨੇ ਜਿੱਥੇ ਜਿਸ ਨੂੰ ਦੇ ਗ੍ਰੰਥੀ ਸੁਚੇਤ ਨੇ ਜਿਸ ਦੀ ਪ੍ਰਬੰਧਕ ਕਮੇਟੀਆਂ ਚ ਪ੍ਰਬੰਧਕ ਸੁਚੇਤ ਨੇ ਉਹਨਾਂ ਨੇ ਲੈਣਾ ਨਹੀਂ ਲਿਖਣ ਦਿੱਤੀਆਂ ਨਾ ਉਤੇ ਭੋਗ ਲੱਗਦੇ ਨੇ ਸੁਚੇਤ ਜਿੱਥੇ ਤੇ ਕਈਆਂ ਗੁਰਦੁਆਰੇ ਭੋਗ ਵੀ ਲੱਗਦੇ ਨੇ ਉਦਾਂ ਹੀ ਆਰਤੀਆਂ ਉਦਾਂ ਹੀ ਸਭ ਕੁਝ ਸੇਮ ਮੂਰਤੀ ਦੀ ਤਰ੍ਹਾਂ ਇਹਨੂੰ ਕਹਿੰਦੇ ਨੇ ਪਹਿਰੇਦਾਰ ਦੇ ਹੁੰਦੇ ਆ ਅਸੀਂ ਲੁੱਟੇ ਜਾ ਰਹੇ ਹਾਂ ਅਸੀਂ ਉਹ ਕਰਮਕਾਂਡ ਬਾ ਰਹੇ ਹਾਂ ਜਿਹੜੇ ਕਦੀ ਮੰਦਰਾਂ ਚ ਵਿਪਰ ਨਾ ਪਉਂਦਾ ਸੀ ਬਹੁਤੇ ਢਿਰੇਦਾਰਾ ਨਾਲ ਜੁੜਨ ਵਾਲੇ ਉਹ ਕੁਝ ਕਰਦੇ ਨੇ ਉਦਾਂ ਹੀ ਭੋਗ ਲਵਾਉਂਦੇ ਆ ਉਦਾਂ ਹੀ ਸਰਦੀਆਂ ਚ ਕੰਬਲ ਗਰਮੀਆਂ ਚ ਪਤਲੇ ਰਮਾਲੇ ਮਾਰੇ ਨੂੰ ਠੰਡ ਲੱਗਦੀ ਹੈ ਪਿਆਰੋ ਸਤਗੁਰ ਦੀ ਬਾਣੀ ਪੜ ਕੇ ਵੇਖੋ ਇੱਕੋ ਸਤਗੁਰ ਜਾਗਤਾ ਹੋਰ जग ਸੂਤਾ ਮੋਹ ਪਿਆਸ ਸਤਗੁਰ ਸੇਵਨ ਜਗੰਨ ਸੇ ਜਿਹੜੇ ਸਤਗੁਰ ਦੀ ਸਿੱਖਿਆ ਲੈਂਦੇ ਆ ਉਹ ਵੀ ਜਾਗਦੇ ਆ ਜੋ ਰੱਤੇ ਸੱਚ ਨਾਮ ਗੁਣਤਾਸ ਜਿਹੜੇ ਸੱਚੇ ਨਾਮ ਨਾਲ ਰੱਤੇ ਜਾਂਦੇ ਆ ਉਹ ਜਾਗਦੇ ਸੁਚੇਤ ਹੁੰਦੇ ਆ ਗੁਰੂ ਦੀ ਸਿੱਖਿਆ ਲੈ ਕੇ ਦੁਨੀਆ ਹੁਸ਼ਿਆਰ ਬੇਦਾਰ हे ਦੁਨੀਆ ਦੇ ਲੋਕੋ ਹੁਸ਼ਿਆਰ ਰਹੋ ਸੁਚੇਤ ਰਹੋ ਬੇਦਾਰ ਜਾਗਦੇ ਰਹੋ ਜਾਗਤ ਮੁਸੀਤ ਹੋਰੇ ਪਾਈ ਤੁਸੀਂ ਜਾਗਦੇ ਹੋਏ ਲੁੱਟੇ ਜਾ ਰਹੇ ਐਡੇ ਵਧੀਆ ਪਹਿਰੇਦਾਰ ਜੁਹੁੰਦੇ ਆ ਸਾਨੂੰ ਕੋ ਡੇਰੇਦਾਰ ਆਪਣੇ ਪੈਰਾਂ ਤੇ ਮੱਥੇਕ ਦਾ ਟਿਕਾ ਜਾਂਦਾ ਐਡੇ ਵਧੀਆ ਪਹਿਰੇਦਾਰਾਂ ਦੇ ਹੁੰਦੇ ਆ ਅਸੀਂ ਗਲਤ ਰਸਤੇ ਕਿੱਦਾਂ ਪੈ ਜਾਂਦੇ ਵਾਸਤ ਵਿੱਚ ਅਸੀਂ ਅਸੀਂ ਇਸ ਪਹਿਰੇਦਾਰ ਦੀ ਸੁਣੀ ਨਹੀਂ ਇਸ ਪਹਿਰੇਦਾਰ ਦੀ ਗੱਲ ਇਸ ਪਹਿਰੇਦਾਰ ਦਾ ਔਕਾ ਸੁਣਿਆ ਹੀ ਨਹੀਂ ਨਿਗਮ ਹੁਸ਼ਿਆਰ ਪਹਿਰੂਆ ਏਡੇ ਵਧੀਆ ਸਾਡੇ ਕੋਲ ਪਹਿਰੇਦਾਰ ਹੋਣ ਦੇਖਤ ਵੇਂਦੀ ਜਮਲੇ ਜਾਈ ਜਮ ਲੈ ਗਿਆ ਸਾਨੂੰ ਕਾਮ ਗਲਚ ਰਸਾ ਪਾਈ ਫਿਰਦਾ ਹੈ ਕ੍ਰੋਧ ਗਲਚ ਰਸਾ ਪਾਈ ਫਿਰਦਾ ਹੈ ਲੋਭ ਗਲਚ ਰਸਾ ਪਾਈ ਫਿਰਦਾ ਹੈ ਜਮ ਖੱਜਲ ਖਵਾਰ ਕਰ ਰਿਹਾ ਕਿਉਂ ਏਡੇ ਵਧੀਆ ਪਹਿਰੇਦਾਰ ਦੇ ਹੁੰਦੇ ਰਹਾਓ ਇਹ ਰਹਾਓ ਦਾ ਬੰਦ ਹੈ ਕਹਿੰਦੇ ਫਿਰ ਸੁੱਤਿਆਂ ਦੀਆਂ ਨਿਸ਼ਾਨੀਆਂ ਵੇਖੋ ਨੀਬ ਭਇਓ ਆਂਬ ਇਨੂੰ ਨੀਵ ਭਇਓ ਆਂਬ ਨਿੰਬ ਦਾ ਬੂਟਾ ਆਂਬ ਦੇ ਸਰਿਆ ਇਹ ਇਹ ਨਿੰਬ ਦੇ ਬੂਟੇ ਆਂਬ ਕਦੋਂ ਤੇ ਦਸਣ ਲੱਗ ਪੈ ਇਹ ਖਾਖੀ ਨਿਕਰਾਂ ਪੰਥ ਕਦੋਂ ਦੀਆਂ ਦਸਣ ਲੱਗ ਪੀਆਂ ਤਰੇਆਂ ਉੱਤੇ ਦੁੱਧ ਡੋਲਣਾ ਗੁਰਮਤ ਕਦੋਂ ਦੀ ਲੱਗ ਪਈ ਸ਼ਰਾਬ ਪ੍ਰਸ਼ਾਦ ਕਦੋਂ ਦਾ ਬਣ ਗਿਆ ਸ਼ਸਤਰਾਂ ਨੂੰ ਲੱਗੇ ਹੋਏ ਬੱਕਰਿਆਂ ਦੇ ਵੱਡੇ ਹੋਏ ਸਿਰਾਂ ਦੇ ਲਾਇਆ ਹੋਇਆ ਖੂਨ ਉਹ ਤਿਲਕ ਗੁਰਮਤ ਕਿਦਾਂ ਲੱਗਣ ਲੱਗ ਪਈ ਨੀਬ ਪਇਓ ਆਂਬ ਨਿੰਬ ਆਂਬ ਕਦੋਂ ਵਰਤ ਦਿਖਣ ਲੱਗ ਪਈ ਨਿੰਮ ਤੇ ਆਂਬ ਵਿੱਚ ਬੜਾ ਫਰਕ ਹੁੰਦਾ ਹੈ ਆਂਬ ਮਿਠਾਸ ਦਿੰਦਾ ਹੈ ਨਿੰਮ ਤਾਂ ਕੜੱਟਨ ਭਰੀ ਹੁੰਦੀ ਹੈ ਨੀਬ ਪਇਓ ਆਂਬ ਆਂਬ ਪਇਓ ਨੀਬ ਤੇ ਜਿਹੜਾ ਗੁਰੂ ਮਿਠਾਸ ਨਾਲ ਭਰਿਆ ਸੀ ਇਹ ਨਿੰਮ ਕਦੋਂ ਦੀ ਲੱਗਣ ਲੱਗ ਪਈ ਇਹ ਅੰਮ੍ਰਿਤ ਘੋਰਾ ਵਿਖਿਆ ਮਿੱਠੀ ਕਿਦਾਂ ਹੋ ਗਈ ਅੰਮ੍ਰਿਤ ਕਉਰਾ ਰਾਂਭੂ ਕੋੜ ਲੱਗਣ ਲੱਗ ਪਈ ਹੈ ਗੁਰੂ ਦੀ ਸਿੱਖਿਆ ਕੌੜੀ ਲੱਗਣ ਲੱਗ ਪਈ ਹੈ ਅੰਮ੍ਰਿਤ ਕਉਰਾ ਵਿਖਿਆ ਮੀਠੀ ਸਾਖਤ ਕੀ ਵਿਦ ਨੈਣੋ ਦੀ ਠੀ ਨੀਬ ਭਇਓ ਆਂਬ ਨਿੰਬ ਦਾ ਬੂਟਾ ਆਂਬ ਦਿਖਾਈ ਦੇ ਰਿਹਾ ਹੈ ਨਿੰਬ ਆਂਬ ਤੇ ਹੱਥ ਤੱਕੜਤਨ ਪਈ ਹੈ ਜਿਹੜੇ ਲੋਕ ਭੇਖੀਆਂ ਪਖੰਡੀਆਂ ਨੂੰ ਤੁਰੇ ਫਿਰਦੇ ਨੇ ਅੱਜ ਉਥੋਂ ਉਥੋਂ ਮਠਾਸ ਲੱਭਦੇ ਪੈ ਨੇ ਨੀਮ ਭਾਇਓ ਆਂਬ ਆਂਬ ਭਾਇਓ ਨੀਂਮਾ ਵਿਸ਼ੇ ਵਕਾਰ ਨਿੰਮ ਨੇ ਉਹ ਆਂਬ ਦੇ ਸਰੈ ਨੇ ਤੇ ਜਿਹੜੀ ਗੁਣ ਨੇ ਉਹ ਆਂਬ ਨੇ ਉਹ ਨਿੰਮ ਦੇ ਸਰੈ ਨੇ ਲਾਲਚੀ ਬੰਦਾ ਚੰਗਾ ਲੱਗ ਰਿਹਾ ਹੈ ਸਬਰ ਸੰਤੋਖ ਵਾਲਾ ਮੜਾ ਲੱਗ ਰਿਹਾ ਲਾਲਚੀ ਕਪਟੀ ਵਕਾਰੀ ਬੰਦਾ ਨਿੰਮ ਰਿਸ਼ਤੇਦਾਰਾਂ ਚ ਵੇਖਿਆ ਤੁਸੀਂ ਕਦੀ ਕਈ ਬੰਦੇ ਇਦਾਂ ਦੇ ਹੁੰਦੇ ਜਵਾਈ ਦੋ ਹੋਣਾ ਉਹਨਾਂ ਦੇ ਤੇ ਇੱਕ ਜਵਾਈ ਬੜਾ ਨੇਕ ਹੈ ਉਹਨੂੰ ਕਹਿੰਦੇ ਉਹ ਸਿੱਧਾ ਜਾ ਜਾਨੀ ਕਿ ਆਂਬ ਪਇਓ ਨੀਬ ਜਿਹੜਾ ਆਂਬ ਸੀ ਉਹ ਨਿੰਮ ਦਸ ਰਿਹਾ ਜਿਹੜਾ ਜਿਹੜਾ ਵਿਚਾਰਾ ਵਲਸ਼ਾਲ ਨਹੀਂ ਨ ਰੱਖਦਾ ਉਹਨੂੰ ਕਹਿੰਦੇ ਸਿੱਧਾ ਸਿੱਧਰ ਆਏ ਤੇ ਜਿਹੜਾ ਐ ਸਾਰੇ ਟੱਬਰ ਨੂੰ ਪੁੱਠੀ ਗੇੜੀ ਦਿੰਦਾ ਨਾ ਇਹਨੂੰ ਜਿਹਨੂੰ ਆਪਾਂ ਇਹ ਕਵਾਂਗੇ ਵੀ ਉਂਗਣਾ ਤੇ ਨਹੀਂ ਚਾਹਦਾ ਹੈ ਉਹ ਨਿੰਮ ਉਹ ਆਂਬ ਦਿੰਦਾ ਉਹਦੇ ਬੜੇ ਗੁਣ ਗਾਉਂਦੇ ਕਹਿੰਦੇ ਬੰਦਾ ਵਧੀਆ ਸਮਾਜ ਚ ਇਦੈ ਇਹ ਕੁਝ ਹੋ ਰਿਹਾ ਜਿਹੜੇ ਅਫਗੁਣ ਨੇ ਉਹ ਆਂਬ ਦੇਸ ਰਹੇ ਨੇ ਜਿਹੜੇ ਗੁਣ ਨੇ ਉਹ ਨਿੰਮ ਦੇਸ ਰਹੇ ਨੇ ਨਹੀਂ ਦਿਸ ਰਹੇ ਤਾਂ ਦੱਸ ਦਿਓ ਅੰਮ੍ਰਿਤ ਘਰ ਬਖਿਆ ਮੀਠੀ ਤਾਂ ਹੀ ਤਾਂ ਤੁਸੀਂ ਵੇਖੋ ਨੌਜਵਾਨੀ ਨੂੰ ਇਕੱਠਿਆਂ ਕਰ ਲਈ ਅਗਲਿਆਂ ਨੂੰ ਸਿੰ ਉਸ ਸਿੰਗੀ ਦਾ ਅਸਰਾ ਲੈਣਾ ਪੈ ਰਿਹਾ ਜਿਹੜਾ ਚੁਟਕੀਆਂ ਮਾਰਨ ਲਾਉਂਦਾ ਸਾਨੂੰ ਜਿਹੜਾ ਜਵਾਨੀ ਨੂੰ ਗਲਤ ਰਸਤੇ ਤੋਰਦਾ ਉਹਦਾ ਅਸਰਾ ਲੈਣਾ ਪੈ ਰਿਹਾ ਵੇਖ ਲਓ ਤੁਸੀਂ ਨੀਮਾ ਪਇਓ ਆਂਬ ਆਂਬ ਪਇਓ ਨੀਮਾ ਕੇਲਾ ਪਾਕਾਚਾਰ ਪੱਕੇ ਹੋਇਆ ਕੇਲਾ ਝਾੜੀ ਦਸਣ ਲੱਗ ਪਿਆ ਹੁਣ ਕੇਲਾ ਤੇ ਫਰੂਟ ਹੈ ਨਾ ਜਿਹੜਾ ਖਾਈਦਾ ਉਹ ਝਾੜੀ ਦਿਸ ਰਿਹਾ ਝਾੜ ਦਸੀ ਜਾਂਦਾ ਗੁਰੂਕੋਲ ਤਾਂ ਸਿੱਖਿਆ ਸੀ ਉਪਦੇਸ਼ ਜੀ ਅਸੀਂ ਗੁਰੂਕੋਲ ਉਹਨਾ ਪਸੰਦ ਨਹੀਂ ਕਰ ਰਹੇ ਕਿਤੇ ਨਾਲੀਏਰ ਫਲ ਨਾਲੀਏਰ ਫਲ ਜਿਹੜਾ ਨਾਲੀਏਰ ਹੁਣ ਗਰੀ ਠੰਡੀ ਹੁੰਦੀ ਹੈ ਉਹਦਾ ਪਾਣੀ ਵੀ ਚੰਗਾ ਹੁਣ ਤੁਸੀਂ ਕਹੋ ਮਰੀਜ਼ਾਂ ਨੂੰ ਕਈ ਵਾਰ ਡਾਕਟਰ ਕਹਿੰਦਾ ਨਾਰੀਅਲ ਦਾ ਪਾਣੀ ਪਿਆਓ ਇਹ ਚੰਗਾ ਹੁੰਦਾ ਹੈ ਬੋਡੀ ਵਾਸਤੇ ਚੰਗਾ ਹੈ ਇਹਦੀ ਗਰੀ ਚੰਗੀ ਹੁੰਦੀ ਹੈ ਜਿਹੜਾ ਨਾਰੀਅਰ ਫਲ ਉਹ ਕੀ ਲੱਗ ਰਿਹਾ ਸੇਮਰਪਾਕਾ ਉਹ ਤੇ ਸਿੰਬਲ ਦਾ ਰੁੱਖ ਲੱਗੀ ਜਾਂਦਾ ਜਿਹੜੇ ਗੁਰੂ ਦੇ ਉਪਦੇਸ਼ ਨੇ ਠੰਡਕ ਦੇਣੀ ਸੀ ਵਿਚਾਰ ਦੇਣੀ ਸੀ ਉਹਦੇ ਬਣੇ ਸੂਤਰਫੇ ਕਿਉਂ ਕਿਉਂਕਿ ਇਹ ਸੁੱਤਿਆਂ ਦੀਆਂ ਨਿਸ਼ਾਨੀਆਂ ਨੇ ਅਸੀਂ ਸੁੱਤੇ ਪਏ ਹਾਂ ਸੇਮਰਪਾਕਾ ਤੇ ਇਹੋ ਜਿਹੇ ਬੰਦੇ ਨੂੰ ਕੀ ਕਿਹਾ ਬਾਣੀ ਫਿਰ ਮੂਰਖ ਮੂਰਖ ਮੁਗਧ ਗਵਾਰ ਤਿੰਨ ਸ਼ਬਦ ਵਰਤੇ ਮੂਰਖ ਮੁਗਧ ਗਵਾਰ ਏ ਮੂਰਖਾ ਏ ਮੁਗਧ ਏ ਗਵਾਰ ਆ ਤੇਰੀ ਸੋਚ ਹੈ ਤੂੰ ਪਹਿਰੇਦਾਰ ਦੇ ਅੱਖੇ ਲਾ ਕੇ ਜਾਗਿਆ ਹੀ ਨਹੀਂ ਪਹਿਰੇਦਾਰ ਦੇ ਹੁੰਦੇ ਲੁੱਟਿਆ ਜਾ ਰਿਹਾ ਹਰ ਭਇਓ ਖੰਡ ਕਹਿੰਦੇ ਪਰਮੇਸ਼ਰ ਦੇ ਗੁਣ ਕਿਉਂਕਿ ਆਪਾਂ ਰੱਬੀ ਗੋਣ ਹੀ ਕਹਿੰਦੇ ਆ ਨਾ ਉਹ ਇਦਾਂ ਜਿਵੇਂ ਖੰਡ ਰੇਤ ਵਿੱਚ ਖਿਲਰੀ ਹੋਵੇ ਹੁਣ ਖੰਡ ਨੂੰ ਤੁਸੀਂ ਰੇਤ ਵਿੱਚ ਖਿਲਾਰ ਦਿਓ ਖੰਡ ਵਿੱਚੋਂ ਰੇਤ ਚੁਗੂ ਗੌਣ ਹੁਣ ਤੁਸੀਂ ਡਿਊਟੀ ਲਾ ਦਿਓ ਹਾਥੀ ਦੀ ਵੀ ਹਾਥੀ ਨੂੰ ਕਹੋ ਆ ਖੰਡ ਨੂੰ ਰੇਤ ਵਿੱਚੋਂ ਚੁਗਣਾ ਹੈ ਹਾਥੀ ਦੇ ਵੱਸੋਂ ਬਾਹਰ ਦੀ ਗੱਲ ਹੈ ਹਾਥੀ ਕਿਦਾਂ ਚੁਗਲੇਗਾ ਉਸ ਰੇਤ ਖਿਲਰੀ ਰੇਤ ਵਿੱਚ ਖੰਡ ਖਿਲਰੀ ਨੂੰ ਇੱਥੇ ਹਾਥੀ ਕੌਣ ਹੈ ਹਾਥੀ ਹੰਕਾਰ ਹੈ ਬਾਣੀ ਜਦੋਂ ਹੰਕਾਰ ਦੀ ਗੱਲ ਕੀ ਜਦੋਂ ਹਾਥੀ ਆਖਿਆ ਕਹਿੰਦੇ ਹਰ ਭਇਓ ਖੰਡ ਗੁਰੂ ਦੀ ਸੋਣੀ ਮੱਤ ਗੁਰੂ ਦਾ ਸੋਹਣਾ ਉਪਦੇਸ਼ ਰੱਬੀ ਗੁਣ ਇੱਕ ਮਾਨੂ ਖੰਡ ਨੇ ਜਿਹੜੇ ਰੇਤ ਵਿੱਚ ਬਿਖਰੇ ਪਏ ਨੇ ਹਰ ਭਇਓ ਖੰਡ ਖੇਤ ਮੇ ਰੇਤ ਮੇ ਬਿਖਰੇਓ ਕਿਲਕੇ ਹਸਤੀ ਚੁਨੇਓ ਨਾ ਜਾਇਓ ਹਸਤੀ ਚੁਨੇਓ ਨਾ ਜਾਈ ਹਾਥੀ ਕੋਲੋਂ ਨਹੀਂ ਚੁਣੀ ਜਾਣੀ ਹਾਥੀ ਤੇ ਹਾਥੀ ਨੂੰ ਹੰਕਾਰ ਨਾਲ ਤਰਜੀ ਹੁਣ ਹੰਕਾਰ ਹੀ ਬੰਦਾ ਇਹ ਰੱਬੀ ਗੁਣਾਂ ਨੂੰ ਕਿਦਾਂ ਧਾਰਨ ਕਰ ਲੇਗਾ ਰੇਤ ਵਿੱਚ ਮਾਨੂ ਖੰਡ ਖਿਲਰੀ ਹੋਈ ਹੈ ਕਦੇ ਕਹੇ ਕੰਬੀਰ ਭਗਤ ਕਬੀਰ ਜੀ ਕਹਿੰਦੇ ਨੇ ਕੁੱਲ ਆਪਣੀ ਕੁੱਲ ਜਾਤ ਪਾਤ ਪਾਂਦਾਰਥ ਕੀ ਖਾਨਦਾਨ ਆਪਣੇ ਉੱਚੇ ਖਾਨਦਾਨ ਦਾ ਹੰਕਾਰ ਆਪਣੀ ਜਾਦਾ ਹੰਕਾਰ ਆਪਣੀ ਕੁੱਲ ਦਾ ਹੰਕਾਰ ਛੱਡ ਕੇ ਚੀਤੀ ਚੀਤੀ ਹੋਏ ਚੁਣਖਾਈ ਸਿਰਫ ਕੀੜੀ ਚੁਣ ਕੇ ਖਾ ਸਕਦੀ ਹੁਣ ਰੇਤ ਵਿੱਚ ਜਿਹੜੀ ਖੰਡ ਖਿਲ ਰਹੀ ਉਹਨੂੰ ਤਾਂ ਕੀੜੀ ਚੁਣ ਕੇ ਖਾ ਸਕਦੀ ਹਾਥੀ ਦੇ ਤਾਂ ਵੱਸੋਂ ਬਾਹਰ ਹੈ ਤੇ ਕੀੜੀ ਨੂੰ ਨਿਮਰਤਾ ਆਖਿਆ ਸੁੱਤਾ ਤੇ ਹੰਕਾਰ ਹੀ ਹੋਏਗਾ ਸੁੱਤਾ ਜਿਹੜਾ ਉਹ ਤੇ ਹਾਥੀ ਹੋਏਗਾ ਨਾ ਜਾਗੇਗਾ ਤਾਂ ਫਿਰ ਜਿਹੜਾ ਜਾਗਦਾ ਉਹ ਤੇ ਕਹਿੰਦਾ ਇਦਾਂ ਅਸੀਂ ਕੀੜੀ ਬਣਦਾ ਤੇ ਕਿੜੀ ਪਸੰਦ ਨਹੀਂ ਹੁਣ ਮੈਂ ਪਹਿਲਾਂ ਕਹਤਾ ਜਿਹੜਾ ਜਵਾਈ ਚੰਗਾ ਹੋਵੇ ਜਿਹੜੀ ਧੀ ਚੰਗੀ ਹੋਵੇ ਜਿਹੜਾ ਪੁੱਤ ਚੰਗਾ ਉਹਨੂੰ ਕਹਿੰਦਾ ਸੁੱਧਾ ਜਾ ਇਹ ਨਹੀਂ ਕੁਝ ਵੀ ਕਹਿੰਦਾ ਇਹਨੂੰ ਦੇ ਦੇਓ ਠੀਕ ਐ ਰੋਟੀ ਦੇ ਦੇਓ ਨਾਮ ਦੇ ਦੇਓ ਤਾਂ ਵੀ ਠੀਕ ਇਹਨੇ ਕੁਝ ਥੋੜਾ ਕਹਿਣਾ ਜਿਹੜਾ ਜਿਹੜਾ ਸੱਚੀ ਚੰਗਾ ਉਹ ਕਈ ਵਾਰੀ ਸਮਾਜ ਨੂੰ ਪਸੰਦ ਨਹੀਂ ਆਉਂਦਾ ਉਹਨੂੰ ਸਧਰਾ ਜਾ ਕਹਿ ਕੇ ਕਹਿੰਦੇ ਸਧਰਾ ਹੈ ਹੱਦ ਹੋ ਗਈ ਉਹ ਆਂਦੇ ਸਧਰਾ ਕਹਦਾ ਉਹ ਤੁਹਾਨੂੰ ਤੰਗ ਨਹੀਂ ਕਰਦਾ ਤਾਂ ਕਰਕੇ ਰੱਬ ਦੀ ਰਾਤ ਤੁਹਾਨੂੰ ਠੇਕੇ ਨੂੰ ਭਜਾਉਂਦਾ ਵੀ ਜਵਾਈ ਆ ਲੈ ਕੇ ਆਉ ਬੋਤਲ ਉਹ ਠੀਕ ਹੈ ਸੋਚ ਕੇ ਵੇਖਿਓ ਪਿਆਰੇ ਮੈਂ ਇਥੇ ਇਹ ਤਾਂ ਸੋਚ ਮੈਂ ਕੱਲੇ ਜਵਾਈਆਂ ਦੀ ਗੱਲ ਕਰਦਾ ਕਿ ਇਹਦਾ ਪੁੱਤਰ ਹੋ ਸਕਦਾ ਕਿ ਇਹਦਾ ਤਾਇਆ ਚਾਚਾ ਹੋਦਾ ਫੁੱਫੜ ਵੀ ਹੋ ਸਕਦਾ ਮਾਮਾ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਹੈ ਨਹੀਂ ਹੋ ਰਿਹਾ ਤਾਂ ਦੱਸ ਦਿਓ ਹੁਣ ਇਹ ਸ਼ਬਦ ਕਿੰਨਾ ਕਮਾਲ ਦਾ 972 ਅੰਕ ਤੇ ਆ 972 ਅੰਕ ਤੇ ਭਗਤ ਕਬੀਰ ਜੀ ਦਾ ਫਿਰ ਦੁਬਾਰਾ ਸਮਝ ਲਓ ਇਹਨੂੰ ਦੁਨੀਆ हे ਦੁਨੀਆ ਦੇ ਲੋਕੋ ਹੁਣ ਦੁਨੀਆ ਸ਼ਬਦ ਵਰਤੇ ਤਾਂ ਦੁਨੀਆ ਵਿੱਚ ਕੀ ਕੀ ਆਉਂਦਾ ਭਲਾ ਕੱਲਾ ਪੰਜਾਬ ਆਉਂਦਾ ਹੈ ਕੱਲਾ ਰਾਜਸਥਾਨ ਆਉਂਦਾ ਹੈ ਦਿੱਲੀ ਆਉਂਦੀ ਹੈ ਇਦਾਂ ਕਹਿ ਲਈਏ ਪੂਰਾ ਭਾਰਤ ਆਉਂਦਾ ਹੈ ਨਹੀਂ ਪੂਰਾ ਸੰਸਾਰ ਆਉਂਦਾ ਹੈ ਇਹ ਤਾਂ ਮਲੇ ਉਪਦੇਸ਼ ਸਾਰਿਆਂ ਲਈ ਸਾਂਝਾ ਹੈ ਇਹ ਤੇ ਗੋਰੇ ਲਈ ਕਾਲੇ ਲਈ ਜੈਨੀ ਲਈ ਬੋਧੀ ਲਈ ਪਾਰਸੀ ਲਈ ਹਰ ਇੱਕ ਲਈ ਜਾਗਦੇ ਦੁਨੀਆ ਹੁਸ਼ਿਆਰ ਬਿਦਾਰ हे ਦੁਨੀਆ ਦੇ ਲੋਕ ਹੁਸ਼ਿਆਰ ਰਹੋ ਬਿਦਾਰ ਸੁਚੇਤ ਰਹੋ ਜਾਗਦੇ ਰਹੋ ਜਾਗਤ ਜਾਗਦੇ ਹੋਏ ਮੁਸੀਤ ਹੋਰੇ ਪਾਈ ਤੁਸੀਂ ਐਡੇ ਵਧੀਆ ਪਹਿਰੇਦਾਰਾਂ ਦੇ ਹੁੰਦਿਆਂ ਲੁੱਟੇ ਜਾ ਰਹੇ ਜੀ ਨਿਕਮ ਹੁਸ਼ਿਆਰ ਪਹਿਰੂਆ ਐਡੇ ਵਧੀਆ ਧਾਰਮਿਕ ਗ੍ਰੰਥ ਸਾਡੇ ਪਹਿਰੇਦਾਰ ਹੋਣ ਦਿਖਤ ਜਮਲੇ ਜਾਈ ਇਹਨਾਂ ਦੇ ਹੁੰਦਿਆਂ ਸਾਨੂੰ ਕੋਈ ਜਮ ਐਡੇ ਵਧੀਆ ਮਹਾਨ ਖਜ਼ਾਨਾ ਸਾਡੇ ਕੋਲ ਹੁੰਦਾ ਹੋਇਆ ਬਾਣੀ ਦਾ ਮੈਂ ਫਿਰ ਦੁਬਾਰਾ ਉੱਥੇ ਆਉਣਾ ਚਾਹੁੰਨਾ ਮੈਂ ਫਿਰ ਦੁਬਾਰਾ ਉੱਥੇ ਆਉਣਾ ਚਾਹੁੰਨਾ ਸਾਨੂੰ ਆਪਣੇ ਪਿੱਛੇ ਕਿਦਾਂ ਅਗਲੇ ਲਾ ਕੇ ਲੈ ਗਏ ਇਦਾਰਤ ਅਸੀਂ ਗੁਰੂ ਦੇ ਆਖੇ ਜਾਗਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਇਹਦੇ ਵਧੀਆ ਸਾਡੇ ਕੋ ਖਜਾਨੇ ਹੁਣ ਆਓ ਜਾਗੋ ਇਹ ਨਾ ਵੇਖ ਤੇ ਨੀਵ ਭਇਓ ਆਂਬ ਨਿਮ ਨਿਮ ਆਂਬ ਲੱਗੀ ਜਾਵੇ ਤੇ ਆਂਬ ਜਿਹੜਾ ਉਹ ਨਿਮ ਲੱਗੀ ਲੱਗੀ ਕੇ ਜਾਵੇ ਲੱਗ ਰਿਹਾ ਅੱਜ ਗੁਰਬਾਣੀ ਤੁਹਾਨੂੰ ਕੌੜੀ ਲੱਗ ਰਹੀ ਐ ਵਿਸ਼ੇ ਵਕਾਰਾਂ ਵਾਲੇ ਗਾਣੇ ਸਾਨੂੰ ਮਿੱਠੇ ਲੱਗ ਰਹੇ ਨਹੀਂ ਲੱਗ ਰਹੇ ਤਾਂ ਦੱਸ ਦਿਓ ਕਲਰ ਪੋਟ ਉਠਾਵਾਂ ਮੁੰਡੇ ਕਲਰ ਦੀ ਪੰਡ ਸਿਰ ਤੇ ਚੱਕੀ ਐ ਅੰਮ੍ਰਿਤ ਮੰਨ ਤੇ ਡਾਰੇਓ ਅੰਮ੍ਰਿਤ ਮੰਨ ਵਿੱਚੋਂ ਬਾਹਰ ਕੱਢ ਕੇ ਬੈਠੇ ਆ ਤੇ ਕਲਰ ਦੀ ਪੰਡ ਸਿਰ ਤੇ ਚੱਕੀ ਐ ਨਹੀਂ ਚੱਕੀ ਤਾਂ ਦਾ ਗੰਦਨ ਵੈਣ ਸੁਣੇ ਓਰ ਜਾਵੇਂ ਗੰਦੇ ਗੀਤ ਸੁਣ ਕੇ ਤੇ ਚੁਟਕੀਆਂ ਵੱਜਦੀਆਂ ਤੁਸੀਂ ਵੇਖਿਓ ਕਦੀ ਗੰਦੇ ਗੀਤ ਸੁਣ ਕੇ ਤਾਂ ਬਜ਼ੁਰਗ ਤੋਂ ਬਜ਼ੁਰਗ ਬੰਦੇ ਵਿਸਰੀ ਵਿੱਚ ਵੀ ਹਰਕਤ ਆ ਜਾਂਦੀ ਹੈ ਤੇ ਚੰਗੀਆਂ ਵਿਚਾਰਾਂ ਕਰੇ ਨੀਂਦ ਆਉਂਦੀ ਸਾਨੂੰ ਸੁਣਿਆ ਨਹੀਂ ਜਾਂਦਾ ਸਾਡੇ ਕੋਲ ਨੀਬ ਪਿਓਆ ਬਾਮ ਪਿਓ ਨੀਬਾ ਕੇਲਾ ਪਕਾ ਚਾਰ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਉਹ ਛਾੜ ਦੇ ਸਰੀਆਂ ਜਿਹੜੇ ਜ਼ਿੰਦਗੀ ਸਵਾਰ ਨਹੀਂ ਸੀ ਜਿਨ੍ਹਾਂ ਨੇ ਕੋਈ એનર્ਜੀ ਦੇਣੀ ਸਾਨੂੰ ਹੁਣ ਕੇਲਾ ਪਕੋਂ ਝਾੜੀ ਖਾਦੀ ਥੋੜਾ ਜਾਣੀ ਹੈ ਇਹ ਤੇ ਫਰੂਟ ਹੈ ਖਾਣ ਵਾਲਾ ਹੁਣ ਨਾਲੀਏ ਰ ਫਲ ਨਾਲੀਏ ਰ ਫਲ ਹੁਣ ਨਾਲੀਦਰ ਜਿਹੜਾ ਨਾਰੀਅਲ ਦਾ ਪਾਣੀ ਤੁਸੀਂ ਵੇਖੋ ਕਿਦਾਂ ਭੱਜ-ਭੱਜ ਕੇ ਜਿਹੜੇ ਮਰੀਜ਼ਾਂ ਵਾਸਤੇ ਕਿ ਚੰਗੇ ਬੰਦੇ ਤੰਦਰੁਸਤ ਵੀ ਕਹਿੰਦੇ ਜੀ ਤੁਸੀਂ ਪੀਓ ਇਹਨੂੰ ਗਰੀ ਖਾਓ ਤੁਹਾਨੂੰ એનર્ਜੀ ਮਿਲੇਗੀ ਇਹਦੇ ਵਿੱਚੋਂ ਪਰ ਇਹ ਸਿਮਰਦਾਦ ਰਖ ਦਿੱ ਹੀ ਜਾਂਦਾ ਜਾਨੋ ਤੇ ਇਹੋ ਜਿਹੇ ਬੰਦੇ ਨੂੰ ਕੀ ਕਿਹਾ ਮੂਰਖੋ ਮੁਗਧ ਗਵਾਰ ਉਹ ਮੂਰਖਾ ਉਹ ਗਵਾਰ ਇਹ ਤੇਰੀਆਂ ਸੁੱਤੇ ਦੀਆਂ ਨਿਸ਼ਾਨੀਆਂ ਆਈ ਇਸ ਕਰਕੇ ਹਰ ਪਇਓ ਖੰਡ ਰੇਤ ਮੈਂ ਬਿਖਰਿਓ ਮੰਨ ਲੋ ਰੱਬੀ ਗੁਣ ਖੰਡ ਹੈ ਜਿਹੜੇ ਰੇਤ ਵਿੱਚ ਖਿਲਰੇ ਹੋਏ ਨੇ ਇਹ ਇਹ ਹਸਤੀ ਚੁਣਿਓ ਨਾ ਜਾਈ ਇਹ ਹਾਥੀ ਕੋਲ ਹੋਣੀ ਚੁੱਕੀ ਜਾਨੀ ਹਾਥੀ ਹੰਕਾਰ ਦਾ ਪ੍ਰਤੀਕ ਹੈ ਕਹਿ ਕੰਬੀਰ ਕੁਲ ਜਾਤ ਪਾਂਤ ਤਜ ਚੀਤੀ ਹੋਏ ਚੁਣਖਾਈ ਇਹ ਤਾਂ ਕੀੜੀ ਚੁਣ ਕੇ ਖਾ ਸਕਦੀ ਹੈ ਤੇ ਕੀੜੀ ਇੱਥੇ ਨਿਮਰਤਾ ਨੂੰ ਕਿਹਾ ਆਓ ਆਪਣੇ ਵਿੱਚ ਰੱਬੀ ਗੁਣ ਪੈਦਾ ਕਰੀਏ ਨਿਮਰਤਾ ਲੈ ਕੇ ਆਈਏ ਉਪਦੇਸ਼ ਗੁਰੂ ਦਾ ਸਿੱਖੀਏ ਤੇ ਜ਼ਿੰਦਗੀ ਨੂੰ ਸਵਾਰਨ ਦਾ ਸਾਡੇ ਕੋਲ ਬੜਾ ਵਧੀਆ ਮੌਕਾ ਹੈ ਆਓ ਫਰਕੇ ਹੈ ਦੁਨਿਆਵੀ ਪਹਿਰੇਦਾਰ ਆਪ ਜਾਗਦਾ ਕਹਿੰਦਾ ਮੇਰੇ ਹੁੰਦਿਆਂ ਤੁਸੀਂ ਬੇਫਿਕਰ ਹੋ ਕੇ ਸੋ ਪਰ ਇਹ ਪਹਿਰੇਦਾਰ ਦੀ ਇਹ ਨਿਸ਼ਾਨੀ ਹੈ ਉਹ ਕਹਿੰਦਾ ਜਾਗੋ 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 ਸੁੱਤੇ ਹੋ ਚੱਲਿਆ ਵਣਜਾਰਾ ਬਾਣੀ ਕਹਿੰਦੀ ਜੋ ਦਰਿਆਵਾਂ ਵਿੱਚ ਸੋਦਨ ਜਾਹੀਂ ਕਰਨਾ ਕੂਚ ਰਹਿਣ ਤੇਰਾ ਨਹੀਂ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਮਨ ਸਰੀ ਉਪਰ ਮਰਨਾ ਕਿਆ ਤੂੰ ਸੋਇਆ ਜਾਗਿਆ ਨਾ ਸੈਂਕੜੇ ਪ੍ਰਮਾਣ ਗੁਰਬਾਣੀ ਜਗਾਉਣ ਦੇ ਹੱਦ ਹੋ ਗਈ ਇਹ ਤੇ ਕਿਹੜੇ ਜਗਾਉਣ ਦੀ ਗੱਲ ਹੋ ਰਹੀ ਆ ਅਪਤ ਜਾਗੇ ਹੋਏ ਆ ਜਾਗੇ ਹੋਇਆ ਹੀ ਗੁਰਦਾਰੇ ਬੈਠਾ ਪਰ ਬਾਣੀ ਆਂਦੀ ਇਹ ਜਾਗਣਾ ਜਾਗਣਾ ਨਹੀਂ ਮਨ ਕਰਕੇ ਜਾਗ ਆ ਜਿਹੜੇ ਸਾਡੇ ਕਿਸਾਨ ਭਰਾ ਜਾ ਕੇ ਧਰਨਿਆਂ ਤੇ ਕੀ ਕਰ ਰਹੇ ਨੇ ਸਾਡੀ ਨੌਜਵਾਨ ਨੂੰ ਜਗਾ ਰਹੇ ਆ ਮਾਫ ਕਰਨਾ ਮੈਂ ਵੇਖੇ ਨੌਜਵਾਨ ਜਦੋਂ ਉਥੇ ਧਰਨਿਆਂ 'ਚ ਗਏ ਆ ਉਥੇ ਜਾ ਕੇ ਕਹੇ ਨੂੰ ਪਤਾ ਲੱਗਾ ਵੀ ਅਸੀਂ ਕੱਲੇ ਕਿਸੇ ਕਲਾਕਾਰ ਕੇ ਛੁੜਾ ਆਏ ਆ ਇਹ ਤੇ ਸਾਡੇ ਹੱਕਾਂ ਦੀ ਗੱਲ ਐ ਸਾਡਾ ਘਰ ਲੁੱਟਿਆ ਜਾ ਰਿਹਾ ਜੇ ਅੱਜ ਨਾ ਜਾਗੇ ਤੇ ਉਹ ਦੰਦੂਰ ਨਹੀਂ ਹੱਥਾਂ ਦੀਆਂ ਦਿੱਤੀਆਂ ਗਹਿਣਾ ਸਾਨੂੰ ਮੂੰਹ ਨਾ ਖੋਲਣੀਆਂ ਪੈਣੀਆਂ ਨੇ ਇਹ ਜਿੰਨੀਆਂ ਵੀ ਜਥੇਬੰਦੀਆਂ ਲੱਗੀਆਂ ਹੋਈਆਂ ਨੇ ਕੀ ਕਰ ਰਹੀਆਂ ਨੇ ਜਾਗੋ ਸचेत ਹੋ ਆਪਣੇ ਹੱਕਾਂ ਪ੍ਰਤੀ ਸचेत ਹੋ ਅਜੇ ਤਾਂ ਸੋਚ ਪੈਦਾ ਕਰ ਰਹਾ ਸੋਚ ਮਾਰੀ ਜਾ ਰਹੀ ਸਾਡੇ ਅੰਦਰੋਂ ਕਹਿੰਦੇ ਐਸਾ ਹੁੰਦਾ ਘਰ ਵੀ ਲੁੱਟਿਆ ਜਾ ਰਿਹਾ ਤੇ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਐਫ ਆਈ ਆਰ ਵੀ ਦਰਜ ਨਹੀਂ ਕਰਾਉਂਦਾ ਇਹ ਤਾਂ ਸਾਨੂੰ ਇਹ ਦੱਸਦੇ ਉਹ ਹੋਰ ਨਾ ਕੁਝ ਕਰੋ ਕਮ ਸੇ ਕਮ ਮਾੜਾ ਮੋੜ ਤੜਫੋ ਤੇ ਸਹੀ ਸਾਡਾ ਘਰ ਲੁੱਟਿਆ ਜਾ ਰਿਹਾ ਕਈ ਅੱਗੇ ਕਹਿੰਦੇ ਸਾਨੂੰ ਕਿ ਜਿਵੇਂ ਗੁਰਦੁਆਰਿਆਂ ਬਾਰੇ ਆਮ ਹੀ ਕਹਿੰਦੇ ਨੇ ਭਾਈ ਤੁਸੀਂ ਜਾ ਕੇ ਥੋੜਾ ਬਤਾ ਉਥੇ ਭਾਗ ਲਾਓ ਉਸ ਕਮੇਟੀ ਚ ਕੀ ਕਹਿੰਦੇ ਪਾਸ ਮੱਥਾ ਟੇਕ ਕੇ ਆ ਜਾਈਦਾ ਘਰ ਨੂੰ ਆਪਾਂ ਉਥੋਂ ਕੀ ਲੈਣਾ ਲੱਗਦਾ ਨਹੀਂ ਕਿਤੇ ਇੱਥੇ ਸਾਡੇ ਨਾਲ ਕਿਸਾਨੀ ਕੁਝ ਕੁਝ ਨਹੀਂ ਜਿਹੜੇ ਸੁਚੇਤ ਨੇ ਜਿਹੜੇ ਅੱਗੇ ਹੋ ਕੇ ਥੋਰੇ ਨੇ ਨਹੀਂ ਤੇ ਬਹੁਤੇ ਤਾਂ ਮਾਫ਼ ਕਰਨਾ ਮੱਖੀ ਤੇ ਮੱਖੀ ਵੱਜ ਰਹੀ ਹੈ ਉਹ ਕਹਿੰਦੇ ਅਸੀਂ ਕੀ ਲੈਣਾ ਸਾਡੇ ਪੁੱਤਰ ਤੀਤੇ ਬਾਹਰ ਨੇ ਸੀ ਇਹ ਕੰਮ ਚੋਂ ਕੀ ਲੈਣਾ ਤੇ ਕਈ ਬਾਹਰ ਬੈਠੇ ਵੀ ਇੱਥੋਂ ਬਾਰੇ ਸੁਚੇਤ ਨੇ ਕਈ ਇੱਥੇ ਬੈਠੇ ਵੀ ਸੁਚੇਤ ਨਹੀਂ ਫਰਕ ਵੇਖੋ ਕਈ ਵਿਦੇਸ਼ਾਂ ਚ ਬੈਠੇ ਵੀ ਉਥੇ ਉੱਤਰਨੇ ਲਾ ਰਹੇ ਆ ਉਥੋਂ ਦੀਆਂ ਸਰਕਾਰਾਂ ਰਾਹੀਂ ਉਹ ਮੈਸੇਜ ਪਾ ਜਾ ਰਹੇ ਆ ਕਿ ਇੱਥੇ ਬੈਠੇ ਆ ਅਸੀਂ ਭਾਵੇਂ ਅਸੀਂ ਪੰਜਾਬ ਨਹੀਂ ਆ ਪਰ ਅਸੀਂ ਕਿਸਾਨ ਆ ਸਾਡਾ ਪਰਿਵਾਰ ਕਿਸਾਨ ਨਾਲ ਸੰਬੰਧਿਤ ਹੈ ਇਹ ਕੌਣ ਨੇ ਜਿਹੜੀਆਂ ਜਥੇਬੰਦੀਆਂ ਜਗਾ ਰਹੀਆਂ ਨੇ ਇਹ ਕੌਣ ਨੇ ਜਿਹੜੇ ਪਹਿਰੇਦਾਰੀ ਕਰ ਰਹੀਆਂ ਨੇ ਇਹ ਕੌਣ ਨੇ ਜਿਹੜੇ ਰੇਲਾਂ ਦੀਆਂ ਪਟੜੀਆਂ ਤੇ ਬੈਠੇ ਨੇ ਕੌਣ ਨੇ ਜਿਹੜੇ ਧਰਨਿਆਂ 'ਚ ਬੈਠ ਕੇ ਸਾਨੂੰ ਕਹਿੰਦੇ ਜਾਗੋ ਭਾਈ ਇਹ ਨਾ ਹੋਵੇ ਤੁਹਾਡੇ ਸੁੱਤਿਆਂ ਕਰਕੇ ਸਭ ਕੁਝ ਲੈਜਨ ਹੋਇਆ ਜਾਂਦੀ ਹੈ ਅਗਲੇ ਜਦੋਂ ਇਲੈਕਸ਼ਨਾਂ ਦੇ ਦਿਨ ਆਉਂਦੇ ਆ ਸਵੋਂਦੇ ਕਿਦਾਂ ਸਾਨੂੰ ਨਸ਼ੇ ਦੇ ਦੇ ਕੇ ਸਵੋਂਦੇ ਆ ਕਾਸ਼ ਕਿਤੇ ਅਸੀਂ ਲੀਡਰਸ਼ਿਪ ਚੁਣਣ ਲੱਗੇ ਹਾਂ ਸੁਚੇਤ ਰਹਿੰਦੇ ਜਦੋਂ ਕੋਈ ਸਾਨੂੰ 5 10000 ਦਿੰਦਾ ਕੋਈ ਸਾਨੂੰ ਕਹਿੰਦਾ ਆਹ ਸ਼ਰਾਬ ਦੀ ਬੋਤਲ ਇਦਾਂ ਗੁੱਟ ਫੜ ਲੀਂਦੇ ਨਾ ਇਹ ਨਹੀਂ ਚਾਹੀਦਾ ਰੋਜ਼ਗਾਰ ਦੇ ਸਾਨੂੰ ਸਾਡੇ ਹੱਕ ਦੀ ਗੱਲ ਕਰ ਇਥੇ ਮੇਰੇ ਕੋਲ ਇਹਨਾ ਪੈਸਾ ਨਹੀਂ ਕਿ ਮੈਂ ਆਪਣਾ ਪੁੱਤਰ ਵਿਦੇਸ਼ ਭੇਜ ਸਕਾਂ ਮੈਨੂੰ ਇੱਥੇ ਦੱਸ ਮੈਂ ਇੱਥੇ ਕੀ ਕਰਾਂ ਰਹਿ ਕੇ ਕਾਸ਼ ਕਿਤੇ ਇੱਕ ਪਾਸ ਗੁਰੂ ਸਾਹਿਬ ਜਗਾਉਂਦੇ ਰਹ ਸਾਨੂੰ ਪਰ ਜਿਨ੍ਹਾਂ ਨੇ ਜਗਾਉਣਾ ਸੀ ਅਸੀਂ ਤੇ ਉਹਦੇ ਲਾਗੇ ਬਹਿ ਕੇ ਸੁੱਤਿਆਂ ਵਾਲੇ ਕੰਮ ਕਰ ਛੱਡੇ ਰਮਾਲੇ ਪਾ ਛੱਡੇ ਭੋਗ ਲਵਾ ਛੱਡੇ ਟਿੱਕੇ ਲਾ ਛੱਡੇ ਆਓ ਸੁਚੇਤ ਹੋ ਅਜੇ ਵੀ ਜਦੋਂ ਜਾਗੀਏ ਉਦੋਂ ਸਵੇਰਾ ਜਦੋਂ ਜਾਗ ਪਈ ਉਦੋਂ ਸਵੇਰਾ ਹੁੰਦਾ ਆਓ ਕਿਤੇ ਹੋਣੀ ਜਾਗ ਪਈਏ ਹੁਣ ਖੁਸ਼ੀ ਹੁੰਦੀ ਹੈ ਕਿ ਉਹਨਾਂ ਧਰਨਿਆਂ 'ਚ ਬਜ਼ੁਰਗਾਂ ਨਾਲੋਂ ਵੱਧ ਨੌਜਵਾਨ ਬੈਠਾ ਹੈ ਆਓ ਨੌਜਵਾਨ ਵੀਰੋ ਲੋੜ ਹੈ ਹੰਬੜਾ ਮਾਰੋ ਬੜਾ ਕੁਝ ਤੁਹਾਡੇ ਹੱਥ ਵਿੱਚ ਹੈ ਤੁਸੀਂ ਬਦਲ ਸਕਦੇ ਹੋ ਤਕਦੀਰ ਸੋਚ ਐਸ ਵਕਤ ਸਾਡੇ ਕੋਲ ਆਪਣੀ ਗੁਰੂ ਦੀ ਸਿੱਖਿਆ ਦੇ ਨਾਲ ਸੋਹਣੇ ਵਿਚਾਰ ਦੇ ਕੇ ਜਦੋਂ ਕਿਸਾਨੀ ਮੁੱਦਿਆਂ ਦੀ ਗੱਲ ਕੀਤੀ ਜਾਂਦੀ ਹੈ ਗੁਰਦੇਵ ਨੇ ਸੈਂਕੜੇ ਪ੍ਰਮਾਨ ਦੇ ਕੇ ਸਾਨੂੰ ਇਹ ਕਿਸਾਨੀ ਮੁੱਦਿਆਂ ਤੋਂ ਸचेत ਕੀਤਾ ਹੈ ਜਦੋਂ ਉਦਾਹਰਨਾਂ ਦਿੱਤੀਆਂ ਨੇ ਸਭ ਤੋਂ ਪਹਿਲਾਂ ਜਦੋਂ ਕਿਸੇ ਉਦਮੀ ਦੀ ਉਦਾਹਰਨ ਦਿੱਤੀ ਹੈ ਤੇ ਸਭ ਤੋਂ ਪਹਿਲਾਂ ਕਿਸਾਨ ਦਾ ਨਾਮ ਲਿਆ ਹੈ ਮਨ ਹਾਲੀ ਕਿਸਾਨੀ ਕਰਨੀ ਸ਼ਰਮ ਪਾਣੀ ਤਨਖੇਦ ਨਾ ਮੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਪ ਨਿਤ ਦੇ ਪਾਣੀ ਹੋਏ ਕਿਸਾਨ ਈਮਾਨ ਜਮਾਇ ਲੈ ਬਿਸਤ ਦੁਜਕ ਮੂੜੇ ਈਮ ਜਾਣੀ ਕਿਸਾਨੀ ਕਿਸਾਨ ਕਰੇ ਲੋਚੇ ਜੀਓ ਲਾਏ ਹਲ ਜੋਤੇ ਉਦਮ ਕਰੇ ਮੇਰਾ ਪੁੱਤ ਦੀ ਖਾਏ ਖਾਇ ਕੋ ਕਿੰਨੀਆਂ ਪਿਆਰੀਆਂ ਉਦਾਹਰਨਾਂ ਦੇ ਦੇ ਕੇ ਸਾਨੂੰ ਬਾਣੀ ਵੀ ਸਮਝਾਇਆ ਆਓ ਜਾਗੋ ਐਦੇ ਮਹਾਨ ਪਹਿਰੇਦਾਰ ਦੇ ਹੁੰਦੇ ਆ ਆਪਾਂ ਗਫਲਤ ਦੀ ਨੀਤ ਨਾ ਸੋਈਏ ਆਪਾਂ ਜਿਵੇਂ ਸਰੀਰਕ ਤੌਰ ਤੇ ਜਾਗੇ ਆ ਮਨ ਨੂੰ ਜਗਾਈਏ ਤੇ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਈਏ ਗੁਰੂ ਬਖਸ਼ਿਸ਼ ਕਰੇ ਸਾਰਿਆਂ ਦਾ ਧੰਨਵਾਦ ਜੀ 972 ਅੰਕ ਤੇ ਸ਼ਬਦ ਆ ਪੜਿਓ ਵਿਚਾਰਿਓ ਸਮਝਿਓ ਮੋਤੀ ਪ੍ਰੋਜ ਨੇ ਇਹਨਾਂ ਮਹਾਂਪੁਰਖਾਂ ਨੇ ਸਾਡੇ ਵਾਸਤੇ ਸਾਰਿਆਂ ਦਾ ਧੰਨਵਾਦ ਫਤਿਹ ਬਲਾਉ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ